ਪਰ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਆ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਚੈਨਲ ਉੱਤੇ। ਸੋ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਜੀਓਗ੍ਰਾਫੀ ਦਾ 33 ਨੰਬਰ ਪਾਰਟ ਜਿਸ ਦੇ ਵਿੱਚ ਇੰਪੋਰਟੈਂਟ ਐਮਸੀਕਿਊ ਜੋ TCS ਲੈਵਲ ਦੇ ਤੇ 4000 ਐਮਸੀਕਿਊ ਸੀਰੀਜ਼ ਆਪਣਾ ਪਾਰਟ ਹੈ। ਸੋ ਕਾਫੀ ਦਿਨਾਂ ਤੋਂ ਕਲਾਸਿਸ ਆਪਣੀਆਂ ਨਹੀਂ ਆ ਪੰਨ ਸੀ ਸੋ ਤੁਹਾਡੀ ਪ੍ਰੋਬਲਮ ਸੀ ਜਿਸ ਕਾਰਨ ਕਰਕੇ ਆਪਾਂ ਕਲਾਸਿਸ ਨਹੀਂ ਲਗਾ ਪਾਏ ਸੀ ਐਂਡ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਨਿਰੰਤਰ ਜਿਹੜੀਆਂ ਨੇ ਉਹ ਵੀਡੀਓਜ਼ ਪ੍ਰੋਵਾਈਡ ਕਰ ਸਕੀਏ ਠੀਕ ਹੈ ਸੋ ਇਹ ਸਾਰੀਆਂ ਹੀ ਕਲਾਸਿਸ ਤੁਹਾਨੂੰ SSC ਮਾਸਟਰ ਕੈਡਰ ਪੀਐਸਪੀਸੀਲ ਪੰਜਾਬ ਪੁਲਿਸ ਐਟਟੀਟੀ ਕੈਡਰ ਅਤੇ ਪੀਪੀਐਸਸੀ एग्जाम ਦੇ ਲਈ ਤੁਹਾਨੂੰ ਇਹ ਹੈਲਪਫ ਰਹਣਗੀਆਂ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਕਲਾਸਾਂ ਦੀ ਪੀਡੀਐਫ ਡਾਊਨਲੋਡ ਕਰਨ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਜੋ ਐਪ ਹੈ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਉੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੀ ਪੀਡੀਐਫ ਜਿਹੜੀ ਹੈ ਉਹ ਅਵੇਲੇਬਲ ਕੀਤੀ ਗਈ ਹੈ ਅਸੀਂ ਸ਼ੁਰੂ ਕਰਦੇ ਆ ਸੈਸ਼ਨ 641 ਨੰਬਰ ਕੁਐਸਚਨ ਆਪਣਾ ਸੋ 4000 ਐਮਸੀਕਿਊ ਉੱਪਰ ਟਾਰਗੇਟ ਕੀਤਾ ਹੈ ਸੋ ਸਾਰੇ ਨੂੰ ਇਹਨਾਂ ਦੇ ਵਿੱਚ ਆਪਾਂ ਕਵਰ ਕਰਾਂਗੇ ਸੋ 641 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਹਾਂ ਸੋ ਸਾਰੇ ਦੇ ਸਾਰੇ ਲੈਟੀਟਿਊਡ ਅਰ ਲੌਂਗੀਟਿਊਡ ਦੇ ਨਾਲ ਰਿਲੇਟਡ ਜਿਹੜੇ ਆਪਣੇ ਕੁਐਸਚਨ ਰਹਿਣਗੇ ਉਹ ਮਦਰੀਕਾ ਜਿਹਨੂੰ ਇਕਵੇਟਰ ਕਹਿੰਦੇ ਆ ਉਹ ਹੇਠਲੇ ਦੇਸ਼ਾਂ ਦੇ ਵਿੱਚੋਂ ਕਿਸ ਦੇ ਵਿੱਚੋਂ ਨਹੀਂ ਲੰਘਦੀ ਗੈਬਨ ਦੇ ਵਿੱਚੋਂ ਦੀ ਥਾਈਲੈਂਡ ਦੇ ਵਿੱਚੋਂ ਦੀ ਯੂਗਾਂਡਾ ਦੇ ਵਿੱਚੋਂ ਦੀ ਜਾਂ ਇੰਡੋਨੇਸ਼ੀਆ ਦੇ ਵਿੱਚੋਂ ਦੀ ਭੂਮਦ ਇੱਕ ਅਜਹੀ ਰੇਖਾ ਹੈ ਜਿਹੜੀ ਕਿ ਸਾਡੇ ਧਰਤੀ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਨਿਕਲਦੀ ਹੈ ਤੇ ਧਰਤੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈ ਕਿ ਅਗੇ ਸੋ ਇਹਨਾਂ ਦੇਸ਼ਾਂ ਦੇ ਵਿੱਚੋਂ ਇਹ ਥਾਈਲੈਂਡ ਜੋ ਹੈ ਸੋ ਉੱਥੋਂ ਦੀ ਕ੍ਰੋਸ ਨਹੀਂ ਕਰਦੀ ਹੈਗੀ ਬਟ ਗੈਬਨ, ਊਗਾਂਡਾ ਤੇ ਇੰਡੋਨੇਸ਼ੀਆ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚੋਂ ਦੀ ਭੂਮਦ ਰੇਖਾ ਜਿਸ ਨੂੰ ਕਿ ਇਕਵੇਟਰ ਕਹਿੰਦੇ ਹਨ ਦੇ ਅਗੇ ਉਹ ਕ੍ਰੋਸ ਕਰਦੀ ਹੈਗੀ ਤਾਂ ਭੂਮਦ ਰੇਖਾ ਸਾਡੇ ਧਰਤੀ ਦੇ ਉੱਪਰ 13 ਦੇਸ਼ਾਂ ਦੇ ਵਿੱਚੋਂ ਦੇ ਨਿਕਲਦੀ ਹੈਗੀ ਤੇ ਧਰਤੀ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਦੇ ਨਿਕਲਦੀ ਹੈਗੀ ਹੈਗੀ ਜੋ ਕਿ 0 ਡਿਗਰੀ ਲੈਟੀਟਿਊਡ ਦੇ ਉੱਪਰ ਸਥਿਤ ਹੈਗੀ ਹੈਗੀ ਠੀਕ ਹੈ ਲੈਟੀਟਿਊਡ ਦੇ ਉੱਪਰ ਜਿਹਨੂੰ ਕਿ ਆਪਾਂ ਪੰਜਾਬੀ ਦੇ ਵਿੱਚ ਆਕਾਸ਼ਸ਼ ਕਰ ਦਿੰਦੇ ਹੈਗੇ ਸੋ ਇਸ ਖੇਤਰ ਦੇ ਵਿੱਚ ਸਥਿਤ ਹੈ ਬਿਲਕੁਲ ਸੈਂਟਰ 'ਚ ਜਾਂਦੀ ਹੈ ਦੋ ਹਿੱਸਿਆਂ ਦੇ ਵਿੱਚ ਇਹ ਧਰਤੀ ਨੂੰ ਵੰਡ ਦਿੰਦੀ ਹੈ ਇੱਕ ਨੂੰ ਨਦਰਨ ਹਿਮਿਸਫੀਅਰ ਇੱਕ ਨੂੰ ਸਦਰਨ ਹਿਮਿਸਫੀਅਰ ਦਾ ਆਪਾਂ ਨਾਮ ਦੇ ਦਿੰਦੇ ਹਾਂ ਕੁਲਤ ਕੇ 13 ਦੇਸ਼ ਨੇ ਜਿੱਥੋਂ ਦੀ ਇਹ ਕ੍ਰਾਸ ਕਰਦੀ ਹੈ ਸਭ ਤੋਂ ਪਹਿਲਾਂ ਚੱਲਦੇ ਹਾਂ ਜੀ 13 ਦੇਸ਼ਾਂ ਦੇ ਨਾਮ ਦੀ ਗੱਲ ਕਰਦੇ ਹਾਂ ਸੋ ਪਹਿਲਾਂ ਚੱਲਦੇ ਹਾਂ ਸਾਊਥ ਅਮਰੀਕਾ ਦੇ ਵਿੱਚ ਸਾਊਥ ਅਮਰੀਕਾ ਦਾ ਪਹਿਲਾ ਦੇਸ਼ ਹੈ ਜੀ ਇਕਵੇਡੋਰ ਦੂਸਰਾ ਹੈ ਜੀ ਕੋਲੰਬੀਆ ਤੀਸਰਾ ਹੈ ਜੀ ਬ੍ਰਾਜ਼ੀਲ ਇਹਦੋਂ ਆ ਚੱਲਦੇ ਹਾਂ ਜੀ ਅਫਰੀਕਾ ਦੇ ਵਿੱਚ ਅਫਰੀਕਾ ਦੇ ਵਿੱਚ ਚੌਥਾ ਦੇਸ਼ ਹੈ ਜੀ ਸਾਡੇ ਕੋਲੇ ਗੈਬਨ ਐਂਡ ਪੰਜਵਾਂ ਹੈ ਸਾਡੇ ਕੋਲੇ ਜੀ ਕਾਂਗੋ ਜਿੱਥੋਂ ਕਿ ਆਪਾਂ ਇਹ ਵੜਦੇ ਹਾਂ ਕਿ ਕਾਂਗੋ ਨਦੀ ਵੀ ਹੈ ਜੋ ਕਿ ਭੂਮਾਦਰੀ ਖਣ ਦੋ ਵਾਰ ਕੱਢਦੀ ਹੈ ਨਾ ਸੋ ਉਹ ਵੀ ਇਸੇ ਖੇਤਰ ਦੇ ਵਿੱਚ ਇਹ ਸਥਿਤ ਹੈ ਇਸ ਤੋਂ ਇਲਾਵਾ ਛੇਵਾਂ ਰਾਜ ਜਾਂਦਾ ਹੈ ਜੀ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਇਹ ਵੀ ਅਫਰੀਕਾ ਦੇ ਵਿੱਚ ਸਥਿਤ ਹੈ ਐਂਡ ਜੁਗਾੰਡਾ ਜਿਹੜਾ ਹੈ ਸੋ ਉਹ ਵੀ ਇਸੇ ਖੇਤਰ ਦੇ ਵਿੱਚ ਸਥਿਤ ਅਫਰੀਕਾ ਵਾਲੇ ਸੈਂਟਰ ਦੇ ਵਿੱਚ ਪੈ ਜਾਂਦਾ ਹੈ ਅੱਠਵਾਂ ਕੀਨੀਆ ਹੈ ਜੀ ਸੋ ਕੀਨੀਆ ਵੀ ਜਿਹੜਾ ਹੈ ਉਹ ਅਫਰੀਕਾ ਦਾ ਹੀ ਇੱਕ ਦੇਸ਼ ਹੈ ਸਮੋਲੀਆ ਦੇਸ਼ ਜਿਹੜਾ ਹੈ ਸੋ ਇਹ ਵੀ ਅਫਰੀਕਾ ਦਾ ਹੀ ਇੱਕ ਦੇਸ਼ ਹੈਗਾ ਗੱਲ ਅੰਤ 10ਵਾਂ ਦੇਸ਼ ਆ ਜਾਂਦਾ ਜੀ ਮਾਲਦੀਪ ਜੋ ਕਿ ਆਈਲੈਂਡ ਹੈ ਸਾਡੇ ਭਾਰ ਦੇ ਸਾਊਥ ਦੇ ਵਿੱਚ ਪੈ ਜਾਂਦਾ ਹੈ ਤੇ ਸ਼੍ਰੀਲੰਕਾ ਤੋਂ ਬਾਅਦ ਸਭ ਤੋਂ ਕਰੀਬੀ ਗੁਵੰਡੀ ਦੇਸ਼ ਸਾਡਾ ਜਿਹੜਾ ਹੈ ਉਹ ਮਾਲਦੀਪ ਨੂੰ ਹੀ ਮੰਨਿਆ ਜਾਂਦਾ ਸੋ ਇੱਥੇ ਪੈ ਜਾਂਦਾ ਹੈ ਠੀਕ ਹੈ 11ਵਾਂ ਸਾਡੇ ਕੋਲੇ ਇੰਡੋਨੇਸ਼ੀਆ ਆ ਜਾਂਦਾ ਹੈ ਅਤੇ 12ਵਾਂ ਸਾਡੇ ਕੋਲੇ ਕਿਰਬਤੀ ਆ ਜਾਂਦਾ ਹੈ ਤੇ 13ਵਾਂ ਆ ਜੀ ਸੌਟੋਮ ਪ੍ਰਿੰਸੀਪੀ ਸੋ ਇਹ ਟੋਟਲ 13 ਜਿਹੜੇ ਦੇਸ਼ ਨੇ ਕੀ ਜੋ ਕਿ ਇੱਥੋਂ ਦੀ ਕ੍ਰਾਸ ਕਰਦੀ ਹੈ ਜੀ ਠੀਕ ਹੈ ਸਾਡੀ ਇਕਵੇਟਰ ਰੇਖਾ ਇਹ ਇੱਕ ਕਾਲਪਨਿਕ ਰੇਖਾ ਹੈ ਕੋਈ ਐਕਚੁਅਲ ਦੇ ਵਿੱਚ ਨਹੀਂ ਹੈਗੀ ਠੀਕ ਹੈ ਸੋ ਕਿਤੇ ਬਹੁਤ ਸਾਰੇ ਸਟੂਡੈਂਟ ਸਮਝਦੇ ਹੈਗੇ ਕਿ ਐਕਚੁਅਲ ਦੇ ਵਿੱਚ ਕਿਤੇ ਉਹ ਵੀ ਨਹੀਂ ਇੱਕ ਕਾਲਪਨਿਕ ਰੇਖਾ ਜਿਹਦੇ ਨਾਲ ਧਰਤੀ ਨੂੰ ਸਟੱਡੀ ਕਰਨ ਦੇ ਵਿੱਚ ਜਿਹੜੀ ਉਹ ਹੈਲਪਫੁਲ ਹੈਲਪ ਜਿਹੜੀ ਉਹ ਮਿਲਦੀ ਹੈ ਤੇ ਧਰਤੀ ਨੂੰ ਇਹ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦੀ ਹੈ ਜਿਸ ਦੇ ਨਾਲ ਆਪਾਂ ਸੀਜ਼ਨ ਦੀ ਜਿਹੜੀ ਗੱਲ ਕਰ ਸਕਦੇ ਹਾਂ ਇਸ ਤੋਂ ਲਾਭ ਟੈਂਪਰੇਚਰ ਦੀ ਜਿਹੜੀ ਗੱਲ ਕਰ ਸਕਦੇ ਆ ਤੇ ਕੁਝ ਫੀਚਰ ਜਿਹੜੇ ਵੱਖਰੇ ਨੇਗੇ ਉਹਨਾਂ ਦਾ ਜ਼ਿਕਰ ਇਸ ਦੇ ਵਿੱਚ ਆ ਜਾਂਦਾ ਹੈ ਨੈਕਸਟ ਹੈ ਜੀ ਬੈਲ ਨੰਬਰ ਹਿੱਟ ਦਿੱਤੇ ਸਥਾਨਾਂ ਦੇ ਵਿੱਚੋਂ ਕਿਹੜਾ ਸਥਾਨ ਭੂਮੱਧ ਰੇਖਾ ਦੇ ਸਭ ਤੋਂ ਨੇੜੇ ਸਥਿਤ ਹੈ ਕੰਨਿਆ ਕੁਮਾਰੀ ਸਥਾਨ ਰਮੇਸ਼ਵਰ ਸਥਾਨ ਪਵਨ ਜਾਂ ਪਿੰਕ ਮਿਲੀਨੀਅਮ ਪੁਆਇੰਟ ਸੋ ਇਹ ਵੀ ਕੁਐਸਚਨ ਕਾਫੀ ਆਉਂਦਾ ਹੈ ਪੀਪਰਾਂ ਦੇ ਵਿੱਚ ਕਿ ਇਕਵੇਟਰ ਦੇ ਸਭ ਤੋਂ ਨਜ਼ਦੀਕ ਕਿਹੜਾ ਜਿਹੜਾ ਖੇਤਰ ਹੈ ਜਾਂ ਸਥਾਨ ਹੈ ਉਹ ਪਾਇਆ ਜਾਂਦਾ ਹੈ ਤੋਂ ਹੈ ਜੀ ਪਿਗਮਿਲियन ਪੁਆਇੰਟ ਪਿਗਮਿਲियन ਪੁਆਇੰਟ ਸਾਡੇ ਭਾਰਤ ਦੇ ਵਿੱਚ ਹੀ ਸਥਿਤ ਹੈਗਾ ਜਿਸ ਨੂੰ ਕਿ ਇੰਦਰਾ ਪੁਆਇੰਟ ਦੇ ਨਾਮ ਨਾਲ ਵੀ ਆਪਾਂ ਜਾਣਦੇ ਹੈਗੇ ਆ ਪਹਿਲਾਂ ਤਾਂ ਨਾਮ ਪਿਗਮਿਲियन ਪੁਆਇੰਟ ਸੀਗਾ ਅੱਜ ਕੱਲ ਆਪ ਐਸ ਨੂੰ ਜਿਹੜਾ ਹੈ ਜ਼ਿਆਦਾਤਰ ਇੰਦਰਾ ਪੁਆਇੰਟ ਦੇ ਨਾਮ ਨਾਲ ਜਾਣਦੇ ਆ ਜੋ ਕਿ ਗ੍ਰੇਟ ਨਿਕੋਬਾਰ ਦੇ ਵਿੱਚ ਸਥਿਤ ਹੈਗਾ ਤੇ ਭਾਰਤ ਦਾ ਬਿਲਕੁਲ ਸਭ ਤੋਂ ਦੱਖਣ ਹੀ ਪੁਆਇੰਟ ਹੈ ਯਾਨੀ ਕਿ ਇੱਥੇ ਆ ਕੇ ਸਾਡਾ ਭਾਰਤ ਜਿਹੜਾ ਹੈ ਦੱਖਣ ਦੇ ਵਿੱਚ ਉਹ ਖਤਮ ਹੋ ਜਾਂਦਾ ਹੈਗਾ ओके बाउंड्री यस पर दी ਇਹ ਸਭ ਤੋਂ ਨਜ਼ਦੀਕ ਪੈਂਦਾ ਹੈ ਭੂਮਾਦਰੇਖਾ ਦੇ ਜ਼ਿਕਰ ਆਪਾਂ ਗੱਲ ਕਰੀ ਗਿੱਤਾ ਭਾਰਤ ਦਾ ਸਭ ਤੋਂ ਉੱਤਰੀ ਪੁਆਇੰਟ ਜਿਹਨੂੰ ਇੰਦਰਾਕੋਲ ਕਹਿੰਦੇ ਆ ਜੋ ਜੰਮੂ ਕਸ਼ਮੀਰ ਦੇ ਵਿੱਚ ਸਥਿਤ ਹੈ ਭਾਰਤ ਦਾ ਸਭ ਤੋਂ ਪੂਰਬੀ ਬਿੰਦੂ ਜਿਸਨੂੰ ਕਬਿੱਤੂ ਕਹਿੰਦੇ ਆ ਇਹ ਅਰਨਾਚਲ ਪ੍ਰਦੇਸ਼ 'ਚ ਪੈ ਜਾਂਦਾ ਹੈ ਪੱਛਮੀ ਬਿੰਦੂ ਬਿਲਕੁਲ ਗੁਹਾਰ ਮੋਤੀ ਹੈ ਜੋ ਗੁਜਰਾਤ ਦੇ ਵਿੱਚ ਸਥਿਤ ਹੈ ਚਾਰ ਪੁਆਇੰਟ ਲੇਗੇ ਇੱਕ ਉੱਤਰ ਦੇ ਵਿੱਚ ਇੱਕ ਦੱਖਣ ਦੇ ਵਿੱਚ ਇੱਕ ਪੂਰਬ ਤੇ ਇੱਕ ਪੱਛਮ ਦੇ ਵਿੱਚ ਹੈ ਪਿਗਮਲੀਨ ਪੁਆਇੰਟ ਉਹ ਮਧਰੀਖਾ ਦੇ ਨਜ਼ਦੀਕ ਸਥਿਤ ਹੈ ਗਰੀਡ ਨਿਕੋਬਰ ਦੇ ਉੱਪਰ ਸਥਿਤ ਹੈ ਅਤੇ ਇਸ ਤੋਂ ਲਾਭ ਹੈ ਸਾਡੇ ਭਾਰਤ ਦਾ ਦੱਖਣੀ ਪੁਆਇੰਟ ਵੀ ਕਹਾਉਂਦਾ ਹੈ 43 ਨੰਬਰ ਸੂਰਜ ਭੂ ਮਧਰੀਖਾ ਤੇ ਲੰਬਕਾਰੀ ਤੌਰ ਦੇ ਉੱਪਰ ਕਦੋਂ ਚਮਕਦਾ ਲੰਬਕਾਰੀ ਦਾ ਮਤਲਬ ਹੈ ਕਿ ਸਿੱਧਾ ਕਦੋਂ ਚਮਕਦਾ ਹੈ ਠੀਕ ਹੈ ਜੀ ਸਿੱਧਾ ਕਦੋਂ ਚਮਕਦਾ ਹੈ ਪੂਰੇ ਸਾਲ ਦੌਰਾਨ 6 ਮਹੀਨਿਆਂ ਦੇ ਦੌਰਾਨ ਜਾਂ ਫਿਰ ਸਾਲ ਦੇ ਵਿੱਚ ਦੋ ਵਾਰੀ ਤੇ ਜਾਂ ਫਿਰ ਜਾਂ ਫਿਰ ਸਾਲ ਦੇ ਵਿੱਚ ਇੱਕ ਵਾਰੀ ਹਾਂਜੀ ਸੋ ਲੰਮਕਰੀ ਸਿੱਧਾ ਇਹ ਕੋਦੋ ਚਮਕਦਾ ਹੈ ਤਾਂ ਸਾਲ ਦੇ ਵਿੱਚ ਇਹ ਚਮਕਦਾ ਹੈ ਜੀ ਦੋ ਵਾਰੀ ਠੀਕ ਹੈ ਸਾਲ ਦੇ ਵਿੱਚ ਦੋ ਵਾਰੀ ਜਿਹੜਾ ਹੈ ਬਈ ਸਾਡੇ ਕੋਲੇ ਭੂਮਧਰੀਕਾ ਦੇ ਉੱਪਰ ਸੂਰਜ ਲੰਬਕਾਰੀ ਰੂਪ ਦੇ ਵਿੱਚ ਚਮਕਦਾ ਹੈਗਾ ਜਿਸ ਦੇ ਦੌਰਾਨ ਆਪਾਂ ਇਹ ਦੇਖਦੇ ਹਾਂ ਕਿ 24 ਘੰਟਿਆਂ ਦੇ ਵਿੱਚੋਂ ਜਿਹੜਾ 12 ਘੰਟੇ ਦਾ ਦਿਨ ਤੇ 12 ਘੰਟੇ ਦੀ ਰਾਤ ਜਿਹੜੀ ਹੈ ਉਹ ਵੀ ਭੂਮੱਧ ਰੇਖਾ ਦੇ ਉੱਪਰ ਹੀ ਦੇਖਣ ਨੂੰ ਮਿਲਦੀ ਹੈ ਸੋ ਇਹਦਾ ਮੀਨ ਕਰਨੀ ਇਹਦੇ ਕਿ ਸਾਡਾ ਸੂਰਜ ਜਿਹੜਾ ਹੈ ਉਹ ਇਹਦੇ ਉੱਪਰ ਸਾਰਾ ਸਾਲ ਤਕਰੀਬਨ ਸਿੱਧਾ ਚਮਕਦਾ ਰਹਿੰਦਾ ਹੈ ਠੀਕ ਹੈ ਸੋ ਇਸੇ ਤਰੀਕੇ ਨਾਲ ਆਪਾਂ ਗੱਲ ਕਰ ਗਏ ਕਿ ਜਿਵੇਂ 20 ਮਾਰਚ ਤੇ 23 ਸਤੰਬਰ ਇਸ ਨੂੰ ਜਿਹੜਾ ਸਾਡਾ ਸੂਰਜ ਹੈਗਾ ਗਾ ਬਈ ਉਹ ਚਮਕਦਾ ਹੈ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਠੀਕ ਹੈ ਜਿਵੇਂ ਆਪਾਂ 20 ਮਾਰਚ ਦੀ ਗੱਲ ਕਰੀ ਗਏ ਜਾਂ 23 ਸਤੰਬਰ ਦੀ ਗੱਲ ਕਰੀ ਗਏ ਇਸ ਦਿਨ ਭੂਮਾਧ ਰੇਖਾ ਦੇ ਉੱਪਰ ਸੂਰਜ ਜਿਹੜਾ ਹੈ ਉਹ ਸਿੱਧਾ ਚਮਕਦਾ ਹੈ ਗਾ ਆਹ ਵਾਲਾ ਦਿਨ ਠੀਕ ਹੈ ਇਸ ਸਥਾਨ ਦੇ ਉੱਪਰ ਗੱਲ ਕਰਾਂਗੇ ਔਰ ਇਸ ਸਥਾਨ ਦੇ ਉੱਪਰ ਗੱਲ ਕਰਾਂਗੇ ਇਹ ਪੇਪਰਾਂ ਦੇ ਵਿੱਚ ਜਾਂ ਕਿਸੇ ਬੁੱਕਸ ਦੇ ਵਿੱਚ ਵੱਖਰਾ ਵੱਖਰਾ ਦੇਖਣ ਨੂੰ ਮਿਲਦਾ ਬਟ ਜ਼ਿਆਦਾਤਰ ਇਹ 21 ਮਾਰਚ ਨੂੰ ਜਿਹੜਾ ਮੰਨਤਾ ਦਿੰਦੇ ਹੈਗੇ ਆ ਕਿ ਇਸ ਦਿਨ ਮਾਰਚ ਦੇ ਵਿੱਚ ਭੂਮਾਦਰੀਖਾ ਦੇ ਉੱਪਰ ਸਿੱਧਾ ਸੂਰਜ ਚਮਕਦਾ ਹੈ ਉੱਥੇ 21 ਸਤੰਬਰ ਨੂੰ ਜਿਹੜਾ ਹੈ ਸੂਰਜ ਭੂਮਾਦਰੀਖਾ ਦੇ ਉੱਪਰ ਸਿੱਧਾ ਚਮਕਦਾ ਹੈ ਗਗਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਇਸ ਦਾ ਜਿਹੜਾ ਹੈ ਇਹ ਕੁਐਸਚਨ ਬਣ ਜਾਂਦਾ ਹੈ ਪਰ ਧਿਆਨ ਰੱਖਣਾ ਹੈ ਕਿ 21 ਜੂਨ ਨੂੰ ਸੂਰਜ ਜਿਹੜਾ ਹੈ ਉਹ ਚਮਕਦਾ ਹੈ ਜੀ ਕਰਕਰੇਖਾ ਦੇ ਉੱਪਰ ਜਿਹੜੀ ਕਿ ਸਾਡੇ ਭਾਰਤ ਦੇ ਵਿੱਚ ਹੈ ਜਿਸ ਕਾਰਨ ਕਰਕੇ ਸਾਡੇ ਭਾਰਤ ਦੇ ਵਿੱਚ ਸਭ ਤੋਂ ਵੱਡਾ ਦਿਨ ਹੁੰਦਾ ਹੈ ਉੱਥੇ ਹੀ 22 ਦਸੰਬਰ ਨੂੰ ਜਿਹੜਾ ਸੂਰਜ ਹੈ ਇਹ ਚਮਕਦਾ ਹੈ ਜੀ ਉਸ ਦਿਨ ਮਕਰ ਰੇਖਾ ਦੇ ਉੱਪਰ ਜਿਹੜੀ ਕਿ ਟ੍ਰੋਪਿਕ ਆਫ ਕੈਪ੍ਰਿਕੌਰਨ ਕਹ ਦਿੰਦੇ ਨੇ ਹੈਗੇ ਆਗੇ ਇਸ ਦਿਨ ਸਭ ਤੋਂ ਵੱਡਾ ਦਿਨ ਮਕਰ ਰੇਖਾ ਦੇ ਉੱਪਰ ਹੁੰਦਾ ਹੈ ਜਾਨੀ ਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡਾ ਦਿਨ ਹੁੰਦਾ ਹੈ ਜਾਂ ਮਕਰ ਰੇਖਾ ਦੇ ਉੱਪਰ ਸਾਰੇ ਦੇ ਉੱਪਰ ਤੇ ਕੋ ਜਿਸ ਤਰ੍ਹਾਂ ਦੀ ਡਾਇਗਰਾਮ ਹੈ کافی इजी ਟਾਪ ਹੈ ਇੱਕ ਵਾਰੀ ਤੁਸੀਂ ਡਾਇਗਰਾਮ ਨੂੰ ਸਟੱਡੀ ਕਰ ਲੈਣਾ ਤਾਂ ਦੁਬਾਰਾ ਇਸ ਨੂੰ ਕੋਈ ਯਾਦ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਂਦੀ ਹੈਗੀ ਨੈਕਸਟ ਹੈ ਜੀ 46 ਨੰਬਰ 0 ਡਿਗਰੀ ਕਾਂਸ਼ੀਸ ਤੇ ਸਤ ਤੱਕ ਕਿਹੜੀ ਕਲਪਨਿਕ ਰੇਖਾ ਧਰਤੀ ਨੂੰ ਉੱਤਰੀ ਅਤੇ ਦੱਖਣੀ ਗੋਲਰ ਦੇ ਵਿੱਚ ਬਣਦੀ ਹੈ ਬਕਰ ਰੇਖਾ ਕਰਕ ਰੇਖਾ ਭੂਮਦਰੀਖਾ ਜਾਂ ਅਪਰਕੋਟ ਦੇ ਵਿੱਚੋਂ ਕੋਈ ਵੀ ਨਹੀਂ ਹੈ 0 ਡਿਗਰੀ ਦਾ ਜਿਸ ਜਿਹਨੂੰ ਆਪਾਂ ਭੂਮਧਰੀਖਾ ਦੇ ਨਾਮ ਨਾਲ ਭਾਵ ਇਕਵੇਟਰ ਦੇ ਨਾਮ ਨਾਲ ਜਾਣਦੇ ਹਾਂ ਜੋ ਧਰਤੀ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦੀ ਹੈ ਇੱਕ ਨੂੰ ਕਹਿ ਦਿੰਦੇ ਹੈ ਨਦਰਨ ਹਿਮਸਫੀਅਰ ਇੱਕ ਨੂੰ ਕਹਿ ਦਿੰਦੇ ਹੈ ਗੇਗੇ ਸਦਰਨ ਹਿਮਸਫੀਅਰ ਯਾਨੀ ਕਿ ਉਤਰੀ ਗੋਲਾ ਅਰਧ ਅਤੇ ਦੱਖਣੀ ਗੋਲਾ ਅਰਧ ਦੇ ਵਿੱਚ ਇਸ ਨੂੰ ਡਿਵਾਈਡ ਕਰ ਦਿੰਦੀ ਹੈ ਕਿ ਹੈਗੀ ਕੁਮੰਤਰੀਖਾ 0 ਡਿਗਰੀ ਕਾਂਸ਼ੀ ਤੋਂ ਦੇ ਉਪਰਸਥਿਤ ਹੈ ਜੋ ਕਿ ਬਿਲਕੁਲ ਸੈਂਟਰ ਦੇ ਵਿੱਚੋਂ ਦੀ ਕਰਾਸ ਕਰਦੀ ਹੈ ਸਾਡੇ ਧਰਤੀ ਦੇ ਠੀਕ ਹੈ ਦੋ ਖੇਤਰਾਂ 'ਚ ਵੰਡਦੀ ਹੈ ਇੱਕ ਨੂੰ ਕਹ ਦਿੱਤਾ ਗਿਆ ਹੈ ਨਦਰਨ ਹਿਮਿਸਫੀਅਰ ਜਾਨੀ ਕਿ ਉਤਰੀ ਗੋਲ ਅਰਧ ਤਲੇ ਵਾਲੇ ਨੂੰ ਕਹ ਦਿੰਦੇ ਹੈਗੇ ਜੀ ਸਦਨ ਹਿਮਿਸਫੀਅਰ ਜਿਹਨੂੰ ਆਪਾਂ ਦੱਖਣੀ ਗੋਲਾ ਅਰਧ ਕਹ ਦਿੰਨੇ ਆ ਇਹ ਪੁਮਾਦ ਰੇਖਾ ਹੈ ਇੱਥੇ ਸੂਰਜ ਸਾਰਾ ਸਾਲ ਜਿਹੜਾ ਹੈ ਉਹ ਸਿੱਧਾ ਚਮਕਦਾ ਹੈ ਤੇ ਹਰ ਰੋਜ਼ ਕਹਿੰਦੇ 4 ਵਜੇ ਸ਼ਾਮ ਦੇ ਟਾਈਮ ਦੇ ਉੱਪਰ ਤੇ ਕਹਿੰਦੇ ਬਰਖਾ ਵੀ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਕਿ ਅੱਗੇ ਠੀਕ ਹੈ ਉਸੇ ਤਰੀਕੇ ਦੇ ਨਾਲ 23 ਡਿਗਰੀ ਉੱਤੀ ਕਾਂਸ਼ਿਸ਼ 23 ਡਿਗਰੀ ਉਤਰੀ ਅਕਾਂਸ਼ ਜਿਹੜਾ ਹੈ ਉਸ ਨੂੰ ਕਹਿ ਦਿੰਦੇ ਹੈਗੇ ਜੀ ਕਰਕ ਰੇਖਾ ਅਤੇ ਇਸ ਤੋਂ ਲਗਭਗ 23 ਡਿਗਰੀ ਦੱਖਣ ਵਾਲਾ ਪੁਆਇੰਟ ਜਿਹੜਾ ਹੈ ਉਸ ਨੂੰ ਕਹਿ ਦਿੰਦੇ ਮਕਰ ਰੇਖਾ ਜਿਹਨੂੰ ਟ੍ਰੋਪਿਕ ਆਫ ਕੈਪ੍ਰਿਕੌਰਨ ਕਹਿ ਦਿੰਦੇ ਹੈ ਕਿ ਅੱਗੇ ਠੀਕ ਹੈ ਆਹ ਲਾਈਨਾਂ ਦਾ ਜ਼ਰੂਰ ਧਿਆਨ ਰੱਖਣਾ ਕਿ ਉਤਰੀ ਮੈਂਸ਼ਨ ਕੀਤਾ ਹੈ ਜਾਂ ਦੱਖਣੀ ਮੈਂਸ਼ਨ ਕੀਤਾ ਉਹਦੇ ਆਧਾਰ ਦੇ ਉੱਪਰ ਲਾਈਨ ਦਾ ਜਿਹੜਾ ਹੈ ਨਾਮ ਉਹ ਚੇਂਜ ਹੋ ਜਾਊਗਾ ਹਾਂ ਹਾਲਾਂਕਿ ਜਿਹੜੀ ਡਿਗਰੀ ਉਹ ਸੇਮ ਹੈ ਬਟ ਉੱਤਰ ਤੇ ਤਖਨ ਦੇ ਨਾਲ ਇਹਨਾਂ ਨਾਮਾਂ ਦੇ ਵਿੱਚ ਪਰਵਰਤਨਾ ਜਾਊਗਾ ਠੀਕ ਹੈ ਤਾਂ ਦੁਨੀਆ ਦੇ ਉੱਪਰ ਕੁੱਲ ਜਾਂ ਸਾਡੇ ਗਲੋਬ ਦੇ ਉੱਪਰ ਕੁੱਲ ਜੇਕਰ ਆਪਾਂ ਗੱਲ ਕਰੀਏ ਤਾਂ ਤਕਰੀਬਨ ਕਹਿੰਦੇ 181 ਰੇਖਾਵਾਂ ਸ਼ਾਮਲ ਨਹੀਂ ਗਿਆ ਇਨਕਲੂਡਡ ਭੂਮੱਧ ਰੇਖਾ ਜਾਨੀ ਕਿ 0 ਡਿਗਰੀ ਨੂੰ ਵੀ ਜੇਕਰ ਆਪਾਂ ਇਨਕਲੂਡ ਕਰਦੇ ਹਾਂ ਜੇਕਰ ਆਪਾਂ 0 ਡਿਗਰੀ ਨੂੰ ਛੱਡ ਦੇਵਾਂਗੇ ਤਾਂ ਆਪਣੇ ਕੋਲੇ 180 ਜਿਹੜੀਆਂ ਕਹਿ ਸਕਦੇ ਹਾਂ ਲੈਟੀਟਿਊਡਸ ਰਹਿ ਜਾਂਦੀਆਂ ਹੈਗੀਆਂ ਨੇ ਠੀਕ ਹੈ 1 ਡਿਗਰੀ ਦੇ ਅੰਤਰਾਲ ਦੇ ਨਾਲ ਜਿਹੜੀਆਂ ਇਹ ਤਕਰੀਬਨ 179 ਕੁੱਲ ਬਣਦੀਆਂ ਹੈਗੀਆਂ ਠੀਕ ਹੈ 179 ਕਈ ਜਗ੍ਹਾ ਤੇ ਮਤਲਬ ਇਹ ਮੈਂਸ਼ਨ ਕੀਤਾ ਜਾਂਦਾ ਹੈਗਾ ਕਿ ਕਈ ਜਗ੍ਹਾ ਦੇ ਉੱਪਰ ਜਿਹੜਾ 90 ਡਿਗਰੀ ਨਾਰਥ ਤੇ 90 ਡਿਗਰੀ ਆ ਸਾਊਥ ਵਾਲਾ ਇਹਨੂੰ ਕਈ ਵਾਰ ਕਹਿੰਦੇ ਬਿੰਦੂ ਵੀ ਮੰਨ ਲੈਂਦੇ ਆ ਕੁਐਸਚਨ ਆ ਜਾਂਦਾ ਤਾਂ ਧਿਆਨ ਰੱਖਣਾ ਹੈ ਜੇਕਰ ਕਹਿੰਦੇ 90 ਡਿਗਰੀ ਸਾਊਥ ਤੇ 90 ਡਿਗਰੀ ਨਾਰਥ ਬਿੰਦੂ ਹੈ ਤਾਂ ਸਾਡੇ ਕੋਲੇ ਜਿਹੜੀਆਂ ਭੂਮਾਤਰੀਖਾ ਦੇ ਸਮੇਤ ਸੰਖਿਆਵਾਂ ਹੋਊਗੀ ਲੈਟੀਟਿਊਡ ਦੀ ਅਕਾਂਸ਼ਸ਼ ਦੀ ਉਹ 179 ਰਹੇਗੀ ਤੇ ਜੇਕਰ ਇਹਦੇ ਵਿੱਚ 90 ਡਿਗਰੀ ਨਾਰਥ 90 ਡਿਗਰੀ ਸਾਊਥ ਨੂੰ ਜੇਕਰ ਆਪਾਂ ਇਹ ਮੰਨ ਲઈએ ਕਿ ਇਹ ਇੱਕ ਰੇਖਾ ਹੈ ਫਿਰ ਇਹਨਾਂ ਦੀ ਸੰਖਿਆ 181 ਹੋ ਜਾਂਦੀ ਹੈ ਇਹ ਖਾਸ ਤੌਰ ਦੇ ਉੱਪਰ ਧਿਆਨ ਰੱਖਣਾ ਹੈ ਕੁਐਸਚਨ ਦੇ ਵਿੱਚ ਸਪੈਸ਼ਲੀ ਮੈਂਸ਼ਨ ਕੀਤਾ ਜਾਵੇਗਾ ਕਿ ਇਹਨਾਂ ਨੂੰ ਬਿੰਦੂ ਮੰਨਿਆ ਗਿਆ ਹੈ ਜਾਂ ਰੇਖਾ ਮੰਨਿਆ ਗਿਆ ਹੈ ਜਾਂ ਭੂਮਾਦ੍ਰਿਖੇ ਦੇ ਵਿੱਚ ਇਨਕਲੂਡ ਹੈ ਜਾਂ ਨਹੀਂ ਹੈ ਤਾਂ ਉਹਦੇ ਅਨੁਸਾਰ ਤੁਸੀਂ ਦੀ ਸੰਖਿਆ ਜਿਹੜੀ ਹੈ ਉਹ ਦੱਸਣੀ ਹੋਊਗੀ ਇਹ ਸਾਰੀਆਂ ਸਮਾਨਾਂਤਰ ਨੇਗੀਆਂ ਕਿਉਂਕਿ 1 ਡਿਗਰੀ ਤੋਂ ਦੂਸਰੀ ਡਿਗਰੀ ਤੱਕ ਜਾਣ ਦੇ ਲਈ ਜਿਹੜਾ ਸਾਡਾ ਫਾਸਲਾ ਹੈ ਉਹ 111 ਕਿਲੋਮੀਟਰ ਦੇ ਕਰੀਬ ਹੀ ਹੈ ਠੀਕ ਹੈ ਸਮਾਨਾਂਤਰ ਨੇਗੀਆਂ ਇੱਕੋ ਜੀ ਦੂਰੀ ਦੇ ਉੱਪਰ ਸਥਿਤ ਨੇਗੀਆਂ ਇਹ ਨੈਕਸਟ ਹੈ ਜੀ ਇਕਨੋਵਕਸ ਉਹਦੋਂ ਵਰਤਦਾ ਹੈ ਜਦੋਂ ਸੂਰਜ ਲੰਬਕਾਰੀ ਰੂਪ ਦੇ ਉੱਪਰ ਡੈਸ਼ ਦੇ ਉੱਪਰ ਹੁੰਦਾ ਹੈ ਗਗਾ 19x ਦਾ ਮਤਲਬ ਹੁੰਦਾ ਹੈ ਕਿ ਬਰਾਬਰ ਬਰਾਬਰ ਹੋਊਗਾ ਠੀਕ ਹੈ ਦਿਨ ਤੇ ਰਾਤ ਉਸ ਸਮੇਂ ਕਦੋਂ ਵਾਪਰਦਾ ਹੈ ਬਕਰੇਖਾ ਦੇ ਉੱਪਰ ਕਰਕਰੀਖਾ ਦੇ ਉੱਪਰ ਤ੍ਰੂਵਾਂ ਦੇ ਉੱਪਰ ਜੱਪੂ ਮਦਰੀਖਾ ਦੇ ਉੱਪਰ 19x ਦੀ ਜਿਹੜੀ ਕੰਡੀਸ਼ਨ ਹੈ ਇਹ ਉਦੋਂ ਵਾਪਰਦੀ ਹੈ ਜਦੋਂ ਸੂਰਜ ਜਿਹੜਾ ਹੈ ਉਹ ਭੂਮਦਰੀਖਾ ਦੇ ਉੱਪਰ ਸਥਿਤ ਹੁੰਦਾ ਹੈ ਇਹਦੇ ਨਾਲ ਧਰਤੀ ਦੇ ਉੱਪਰ ਦਿਨ ਤੇ ਰਾਤ ਜਿਹੜੇ ਬਰਾਬਰ ਰਹਿੰਦੇ ਹੈਗੇ ਨੇਗੇ ਉਹਦੇ ਅਨੁਸਾਰ ਆਪਾਂ ਇਸ ਨੂੰ ਫਾਈਂਡ ਕਰ ਸਕਦੇ ਹੁੰਦੇ ਹਾਂ ਇਕਨੈਕਸ ਜਿਹੜਾ ਹੈ ਇਹ ਦੋ ਦਿਨ ਜਿਹੜਾ ਦੇਖਣ ਨੂੰ ਮਿਲਦਾ ਹੈਗਾ ਧਰਤੀ ਦੇ ਉੱਪਰ ਇੱਕ ਤਾਂ ਮਾਰਚ ਦੇ ਵਿੱਚ ਹੁੰਦਾ ਹੈ 21 ਮਾਰਚ 1 22 ਸਤੰਬਰ ਨੂੰ ਹੁੰਦਾ ਹੈਗਾ ਸੋ ਇਸ ਦਿਨ ਜਿਹੜਾ ਹੈ ਇਕਨੈਕਸ ਦੀ ਜਿਹੜੀ ਉਹ ਸਥਿਤੀ ਹੁੰਦੀ ਹੈ ਕਿ ਕੀ ਹੈ ਕੀ ਇਹਨਾਂ ਦੋਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਦਿਨ 12 ਘੰਟੇ ਤੇ ਰਾਤ ਵੀ 12 ਘੰਟਿਆਂ ਦੀ ਜਿਹੜੀ ਹੈ ਉਹ ਹੁੰਦੀ ਹੈਗੀਆ ਇਸ ਸਮੇਂ ਦੇ ਦੌਰਾਨ ਅਕਸਰ ਜਿਹੜਾ ਹੈ ਸੂਰਜ ਦੀ ਜਿਨੀਅਰ ਏਖਾਵਾਂ ਨੇ ਕਿਆਂ ਉਪਮਾ ਦ੍ਰਿਖਾ ਦੇ ਉੱਪਰ ਸਿੱਧੀਆਂ ਪੈਂਦੀਆਂ ਨਹੀਂ ਪਰ ਇਹਨਾਂ ਦੇ ਉੱਪਰ ਜਿਹੜਾ ਉਹ ਵੱਖਰੇ ਥਿੱਕੇ ਦੇ ਨਾਲ ਹੁੰਦਾ ਠੀਕ ਹੈ ਤੇ ਇਸ ਨੂੰ ਆਪਾਂ ਦੋ ਖੇਤਰਾਂ ਦੇ ਵਿੱਚ ਅੱਗੇ ਕੁਐਸਚਨ ਚ ਵੀ ਡਿਸਕਸ ਕਰਾਂਗੇ ਇੱਕ ਨੂੰ ਪਤਝੜ ਜਿਹੜਾ ਇੱਕ ਨੂੰ ਇਸ ਕਹ ਦਿੰਦੇ ਹੈਗੇ ਅੱਗੇ ਇੱਕ ਨੂੰ ਬਸੰਤ ਇੱਕ ਨੂੰ ਇੱਕ ਦਾ ਜਿਹੜਾ ਨਾਮ ਤੇ ਦਿੰਦੇ ਹੈ ਕਿ 23 ਸਤੰਬਰ ਨੂੰ ਹੋਵਦਾ ਹੈ ਤੇ ਇੱਕ 21 ਮਾਰਚ ਨੂੰ ਹੁੰਦਾ ਹੈ ਦੋਨਾਂ ਦਿਨਾਂ ਨੂੰ ਜਿਹੜਾ ਹੈਗਾ ਆਪਣੇ ਕੋਲੇ ਦਿਨ ਤੇ ਰਾਤ ਜਿਹੜੇ ਉਹ ਬਰਾਬਰ ਦੇਖਣ ਨੂੰ ਮਿਲਦੇ ਹੈਗੇ ਇਹ ਮੌਸਮ ਉਦੋਂ ਹੁੰਦਾ ਹੈ ਜਦੋਂ ਭੂਮੱਦ ਸਾਗਰ ਸੌਰੀ ਉਮੱਦ ਰೇಖਾ ਹੋਗਾ ਕੁਮਾਤ ਰੇਖਾ ਦੇ ਬਿਲਕੁਲ ਉੱਪਰ ਚਮਕਦਾ ਹੈ ਗਰਮੀਆਂ ਦਾ ਮੌਸਮ ਬਸੰਤ ਦਾ ਮੌਸਮ ਪਤਝੜ ਦਾ ਮੌਸਮ ਜਾਂ ਸਰਦੀਆਂ ਦਾ ਮੌਸਮ ਇਹ ਮੌਸਮ ਬਸੰਤ ਦਾ ਹੁੰਦਾ ਹੈ ਜਿਸ ਸਮੇਂ ਸੂਰਜ ਭੂਮਾਧ ਰੇਖਾ ਦੇ ਉੱਪਰ ਬਿਲਕੁਲ ਸਿੱਧਾ ਚਮਕਦਾ ਹੈ ਠੀਕ ਹੈ ਦੋਨੋਂ ਹੀ ਕੰਡੀਸ਼ਨਸ ਆਪਾਂ ਦੇਖਦੇ ਹੈਗੇ ਆਂਗੇ ਕਿ ਬਸੰਤ ਤੇ ਪਤਝੜ ਦਾ ਮੌਸਮ ਉਸੇ ਸਮੇਂ ਹੁੰਦਾ ਹੈ ਜਦੋਂ ਤਰ ਭੂਮਾਧ ਰੇਖਾ ਦੇ ਉੱਪਰ ਸੂਰਜ ਜਿਹੜਾ ਉਹ ਸਿੱਧਾ ਚਮਕ ਰਿਹਾ ਹੋਵੇ ਤਾਂ ਵਰਤਮਾਨ ਸਮੇਂ ਆਪਾਂ ਅੱਜ ਦੇ ਸੈਸ਼ਨ ਦੇ ਅਕੋਰਡਿੰਗ ਗੱਲ ਕਰੀਗੀ ਤਾਂ ਹੁਣੇ-ਹੁਣੇ ਬਸੰਤ ਜਿਹੜੀ ਉਹ ਨਿਕਲ ਗਈ ਗਈ ਹੈ ਬਸੰਤ ਦਾ ਤਿਹਾਰਾ ਪਮਨਾ ਕਿਰੇ ਉਹਦਾ ਮਤਲਬ ਇਹ ਹੀ ਹੈ ਕਿ ਸੂਰਜ ਜਿਹੜਾ ਹੈ ਉਹ ਹੁਣ ਸਾਊਥ ਤੋਂ ਰਿਸ ਕੇ ਉੱਪਰ ਵੱਲ ਨੂੰ ਆ ਗਿਆ ਹੈ ਜਾਨੀ ਕਿ ਸਾਡੇ ਭਾਰਤ ਵੱਲ ਮੂਵ ਕਰਨਾ ਸ਼ੁਰੂ ਹੋ ਗਿਆ ਤੇ ਭੂਮੱਧ ਰೇಖੇ ਤੇ ਪਹੁੰਚ ਚੁੱਕਿਆ ਹੈ ਤਾਂ ਇਸ ਸਮੇਂ ਦੌਰਾਨ ਸਾਡੇ ਭਾਰ ਦੇ ਵਿੱਚ ਜਿਹੜੀ ਹੈ ਇਹ ਬਸੰਤ ਰੁੱਤ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਸੋ ਇਹਨੂੰ ਇੱਕ ਨੈਕਸ ਕਹ ਦਿੰਦੇ ਹੈਗੇ ਕਿ ਜਿਹਨੂੰ ਸਮਰੂਪੀ ਕਹ ਦਿੰਦੇ ਆ ਮਤਲਬ ਕਿ ਇੱਕ ਹੋ ਜਾਂ ਦੋ ਦਿਨ ਹੁੰਦੇ ਹੈਗੇ ਨੇਗੇ ਇੱਕ ਰਹ ਹੁੰਦਾ ਹੈ 22 ਤੇ 23 ਸਤੰਬਰ ਨੂੰ ਜਿਹਨੂੰ ਆਟਮਨਲ ਜਿਹੜਾ ਹੈ ਐਗਨਸ ਜਾਨੀ ਕਿ ਪੱਤ ਝੜ ਦਾ ਆਪਾ ਜਿਹੜਾ ਮੌਸਮ ਕਹਿ ਦਿੰਨੇ ਹੈਗੇ ਆਂਗੇ ਠੀਕ ਹੈ ਪੱਤ ਝੜ ਦਾ ਮੌਸਮ ਇਸ ਨੂੰ ਕਹਿ ਦਿੰਨੇ ਹੁੰਦੇ ਆ ਇੱਕ ਹੁੰਦਾ ਹੈ 20 ਤੋਂ 21 ਮਾਰਚ ਦੇ ਦਿਨ ਇਹਨੂੰ ਕਹਿ ਦਿੰਦੇ ਆ ਕਿ ਬਸੰਤ ਦਾ ਜਿਹੜਾ ਮੌਸਮ ਹੁੰਦਾ ਹੈ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਜੁੜਦਾ ਹੈਗਾ ਕਿ ਸੋ ਇਹ ਮਤਲਬ ਹੁਣ ਸੂਰਜ ਉੱਪਰ ਵੱਲ ਨੂੰ ਹੋਣਾ ਸ਼ੁਰੂ ਹੋ ਗਿਆ ਹੈਗਾ ਜਾਨੀ ਕਿ ਭਾਰਤ ਵੱਲ ਮੂਵ ਹੋਣਾ ਸ਼ੁਰੂ ਹੋ ਗਿਆ ਹੈਗਾ ਨੈਕਸਟ ਹੈ ਜੀ ਇਕਨਿਕਸ ਦਨ ਕੀ ਹੁੰਦਾ ਹੈ ਜਦੋਂ ਦਿਨ ਰਾਤ ਨਾਲੋਂ ਛੋਟਾ ਹੁੰਦਾ ਹੈ ਜਦੋਂ ਦਿਨ ਸਾਲ ਦੇ ਨਾਲੋਂ ਲੰਬਾ ਹੁੰਦਾ ਹੈ ਜਦੋਂ ਦਿਨ ਤੇ ਰਾਤ ਨਾਲੋਂ ਲੰਬਾ ਹੁੰਦਾ ਹੈ ਜਦੋਂ ਦਿਨ ਤੇ ਰਾਤ ਬਰਾਬਰ ਹੁੰਦੇ ਆ ਇਕਨੈਕਸ ਦੀ ਸਥਿਤੀ ਉਸ ਸਮੇਂ ਹੁੰਦੀ ਹੈ ਜਦੋਂ ਦਿਨ ਤੇ ਰਾਤ ਬਰਾਬਰ ਹੁੰਦਾ ਹੈ ਦਿਨ ਵੀ 12 ਘੰਟਿਆਂ ਦਾ ਹੁੰਦਾ ਹੈ ਤੇ ਰਾਤ ਵੀ 12 ਘੰਟਿਆਂ ਦੀ ਹੁੰਦੀ ਹੈ ਉਹਨੂੰ ਕਹਿੰਦੇ ਆ ਇਕਨੈਕਸ ਜਾਨੀ ਸੰਪੂਰਨ ਨੈਕਸਟ ਹੈ ਜੀ ਹੇਡ ਲਿਖਨ ਦੇ ਵਿੱਚੋਂ ਕਿਹੜੀ ਅਕਾਂਸ਼ ਰੇਖਾ ਮਕਰ ਰੇਖਾ ਨੂੰ ਦਰਸਾਉਂਦੀ ਹੈ 26° ਦੱਖਣੀ ਗੋਲਾਰਧ 26° ਦੱਖਣੀ ਉਤਰੀ ਗੋਲਾਰਧ 23 ਸਾਡੇ 23 ਡਿਗਰੀ ਦੱਖਣੀ ਗੋਲਾਰਧ ਸਾਡੇ 23 ਡਿਗਰੀ ਉਤਰੀ ਗੋਲਾਰਧ ਤਾਂ ਮੈਂ ਤੁਹਾਨੂੰ ਸਪੈਸ਼ਲੀ ਦੱਸਿਆ ਜੀ ਵੀ ਇਹਨਾਂ ਦੇ ਨਾਲ ਐਨ ਜਾਂ ਆਰ ਐਸ ਲੱਗਦਾ ਹੁੰਦਾ ਉਹਦੇ ਆਧਾਰ ਦੇ ਉੱਪਰ ਇਹਨਾਂ ਦੇ ਨਾਮ ਜਿਹੜੇ ਉਹ ਚੇਂਜ ਹੋ ਜਾਂਦੇ ਹੈਗੇ ਤਾਂ ਮਕਰ ਰੇਖਾ ਦੀ ਗੱਲ ਕੀਤੀ ਹੈ ਟ੍ਰੋਪਿਕ ਆਫ ਕੈਪ੍ਰਿਕੌਰਨ ਦੀ ਗੱਲ ਕੀਤੀ ਹੈ ਤੇ ਇਹ ਦੱਖਣ ਦੇ ਵਿੱਚ ਪੈਂਦੀ ਹੈਗੀ ਹੈ ਜੀ ਤਾਂ ਇਸ ਕਾਰਨ ਕਰਕੇ ਸਾਡੇ 23 ਦੱਖਣ ਡਿਗਰੀ ਦੱਖਣ ਜਾਂ ਸਾਊਥ ਦੇ ਵਿੱਚ ਜਿਹੜਾ ਖੇਤਰ ਲਾਈਨ ਸਥਿਤ ਹੈ ਉਹਨੂੰ ਕਹਿੰਦੇ ਹੈਗੇ ਅੱਗੇ ਮਕਰ ਰੇਖਾ ਟ੍ਰੋਪਿਕ ਆਫ ਕੈਪ੍ਰਿਕੌਰਨ 23 ਡਿਗਰੀ ਉਤਰੀ ਕਾਂਸ਼ ਜਿਹੜੀ ਕਿ ਕਰਕ ਰੇਖਾ ਦੇ ਨਾਮ ਨਾਲ ਜਾਣੀ ਜਾਂਦੀ ਹੈ 23 ਡਿਗਰੀ ਦੱਖਣੀ ਕਾਂਸ਼ ਜਿਸ ਨੂੰ ਕਿ ਮਕਰ ਰੇਖਾ ਕਹਿੰਦੇ ਹੈਗੇ ਠੀਕ ਹੈ ਇਹਨਾਂ ਦੋਨਾਂ ਦੇ ਵਿਚਕਾਰਲਾ ਖੇਤਰ ਜਿਹੜਾ ਹੈ ਇਹ ਉਹ ਖੇਤਰ ਹੈ ਜਿੱਥੇ ਸੂਰਜ ਲਗਭਗ ਜਿਹੜਾ ਹੈ ਉਹ ਸਿੱਧਾ ਹੀ ਚਮਕਦਾ ਹੈ ਠੀਕ ਹੈ ਸਿੱਧਾ ਹੀ ਕਰਨਾ ਪੈਂਦਾ ਹੈ ਸਾਰੇ ਸਾਲ ਵਾਂਗੂ ਹੀ ਤਕਰੀਬਨ ਜਿਸ ਦੇ ਕਾਰਨ ਕਰਕੇ ਇਸ ਨੂੰ ਟ੍ਰੋਪੀਕਲ ਜ਼ੋਨ ਕਹਿੰਦੇ ਹੈਗੇ ਟ੍ਰੋਪੀਕਲ ਜ਼ੋਨ ਦਾ ਮਤਲਬ ਹੈ ਕਿ ਇਹ ਖੇਤਰ ਗਰਮ ਖੇਤਰ ਹੈ ਦੋਨੋਂ ਹੀ ਦੋਨੋਂ ਠੀਕ ਹੈ ਇਹ ਖੇਤਰ ਗਰਮ ਹੈ ਵਿਚਕਾਰਲਾ 23.5 ਡਿਗਰੀ ਤੋਂ ਲੈ ਕੇ ਨਾਰਥ ਤੋਂ ਲੈ ਕੇ 23.5 ਡਿਗਰੀ ਸਾਊਥ ਵਾਲੇ ਖੇਤਰ ਦੇ ਵਿੱਚ 23.5 ਡਿਗਰੀ ਤੋਂ ਲੈ ਕੇ 66 ਡਿਗਰੀ ਨਾਰਥ ਉਸੇ ਤਰੀਕੇ ਨਾਲ 23.5 ਡਿਗਰੀ ਤੋਂ ਲੈ ਕੇ 66 ਡਿਗਰੀ ਸਾਊਥ ਵਾਲਾ ਪੁਆਇੰਟ ਇਹ ਸਾਰਾ ਖੇਤਰ ਕਹਾਉਂਦਾ ਜੀ ਟੈਂਪਰੇਟ ਜ਼ੋਨ ਟੈਂਪਰੇਟ ਜ਼ੋਨ ਟੈਂਪਰੇਟ ਜ਼ੋਨ ਜਿਹੜਾ ਹੈ ਇਹ ਜ਼ਿਆਦਾ ਗਰਮ ਨਹੀਂ ਹੁੰਦਾ ਕੁਝ ਸੁਹਾਵਣਾ ਜਿਹਾ ਮੌਸਮ ਜਿਹੜਾ ਹੈ ਉਹ ਇਸ ਖੇਤਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਗਾ ਇਸ ਤੋਂ ਬਾਅਦ ਜਿਹੜਾ ਉੱਪਰਲਾ ਖੇਤਰ ਹੈ 66 ਡਿਗਰੀ ਤੋਂ ਲੈ ਕੇ 90 ਡਿਗਰੀ ਨਾਰਥ ਅਤਿਉਸ਼ੇ ਤਰੀਕੇ ਨਾਲ 66 ਡਿਗਰੀ ਤੋਂ ਲੈ ਕੇ ਦੱਖਣ ਦੇ ਵਿੱਚ 90 ਡਿਗਰੀ ਤੱਕ ਦਾ ਜਿਹੜਾ ਖੇਤਰ ਹੈ ਇਹ ਕਹਿੰਦਾ ਹੈ ਪੋਲਰ ਜ਼ੋਨ ਇਹ ਪੋਲਰ ਜ਼ੋਨ ਜਿਹੜਾ ਹੈ ਪੂਰਾ ਇਹ ਤਾਂ ਪੂਰਾ ਠੰਡਾ ਖੇਤਰ ਹੈ ਕਿਉਂਕਿ ਇੱਥੇ ਸੂਰਜ ਲਗਭਗ ਜਿਹੜਾ ਹੈ ਉਹ ਤਿਰਛਾ ਚਮਕਦਾ ਹੈ ਤੇ ਇਸ ਖੇਤਰ ਦੇ ਵਿੱਚ ਇੱਕ ਵੱਡੀ ਵਿਸ਼ੇਸ਼ਤਾ ਰਹਿੰਦੀ ਹੈ ਕਿ ਇੱਥੇ 6 ਮਹੀਨਿਆਂ ਦਾ ਦਿਨ ਅਤੇ 6 ਮਹੀਨਿਆਂ ਦੀ ਰਾਤ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ 6 ਮਹੀਨਿਆਂ ਦਾ ਦਿਨ ਅਤੇ ਰਾਤ ਇਸ ਖੇਤਰ ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ ਹੈ ਹੁਣ ਜਿਵੇਂ ਕਿ ਆਪਾਂ ਗੱਲ ਕਰ ਗਏ ਹੁਣ ਸੂਰਜ ਜਿਹੜਾ ਹੈ ਉੱਤਰ ਵੱਲ ਮੂਵ ਹੋਣਾ ਸ਼ੁਰੂ ਹੋ ਗਿਆ ਜਾਨੀ ਕਿ ਸਾਡੇ ਭਾਰਤ ਵੱਲ ਮੂਵ ਹੋਣਾ ਸ਼ੁਰੂ ਹੋ ਗਿਆ ਤਾਂ ਇਧਰਲੀ ਸਾਈਡ ਦੇ ਉੱਪਰ ਜਿਹੜੀ ਹੈ ਰਾਤ ਸ਼ੁਰੂ ਹੋ ਜਾਵੇਗੀ ਜਾਨੀ ਕਿ ਦੱਖਣ ਦੇ ਵਿੱਚ ਰਾਤ ਸ਼ੁਰੂ ਹੋਣ ਵਾਲੀ ਹੈਗੀ ਹੈ ਕਿ ਅਤੇ ਉਧਰਲੀ ਸਾਈਡ ਤੇ ਉੱਤਰ ਦੇ ਵਿੱਚ 90 ਡਿਗਰੀ ਦੇ ਉੱਪਰ ਦਿਨ ਦਾ ਜਿਹੜਾ ਮੌਸਮ ਹੈ ਉਹ ਸ਼ੁਰੂ ਹੋਣ ਬਲਾਏਗਾ 6 ਮਹੀਨੇ ਫਿਰ ਇੱਥੇ ਦਿਨ ਹੀ ਰਹੇਗਾ ਨੈਕਸਟ ਨੰਬਰ ਕਰਕ ਰೇಖਾ ਹਿੱਟ ਦਿੱਤੇ ਭਾਰਤੀ ਰਾਜਾਂ ਦੇ ਵਿੱਚੋਂ ਨਹੀਂ ਨਿਕਲਦੇ ਛਤੀਸਗੜ੍ਹ ਤ੍ਰਿਪੁਰਾ ਅਸਾਮ ਜਾਂ ਝਾਰਖੰਡਾ ਸੋ ਥੋੜਾ ਮੈਨੂੰ ਲੱਗਾ ਕਿ ਪੈਨ ਦੇ ਵਿੱਚ ਪ੍ਰੋਬਲਮ ਆ ਗਈ। ਓਕੇ ਚਲੋ ਕੋਈ ਗੱਲ ਨਹੀਂ। ਹਾਂਜੀ ਅਸਾਮ ਅਸਾਮ ਦੇ ਵਿੱਚੋਂ ਦੀ ਨਹੀਂ ਕ੍ਰੋਸ ਕਰਦੀ ਹੈਗੀ ਜੀ ਕਰਕ ਰੇਖਾ। ਕਰਕ ਰੇਖਾ ਸਾਡੇ ਭਾਰਤ ਦੇ ਸੈਂਟਰ ਦੇ ਵਿੱਚੋਂ ਨਿਕਲਦੀ ਹੈ ਤੇ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦੀ ਹੈ। ਬਿਲਕੁਲ ਸੈਂਟਰ ਦੇ ਵਿੱਚੋਂ ਦੀ ਠੀਕ ਹੈ। ਭਾਰਤ ਦੇ ਇਹ 8 ਰਾਜਾਂ ਦੇ ਵਿੱਚੋਂ ਦੀ ਕ੍ਰੋਸ ਕਰਦੀ ਹੈਗੀ ਜਿਨ੍ਹਾਂ ਦੇ ਵਿੱਚੋਂ ਪਹਿਲਾ ਹੈ ਗੁਜਰਾਤ, ਦੂਜਾ ਹੈ ਰਾਜਸਥਾਨ, ਤੀਜਾ ਹੈ ਮੱਧ ਪ੍ਰਦੇਸ਼, ਚੌਥਾ ਹੈ ਛੱਤੀਸਗੜ੍ਹ, ਪੰਜਵਾਂ ਝਾਰਖੰਡ ਪੰਜਵਾਂ ਝਾਰਖੰਡ ਛੇਵਾਂ ਬੈਸਟ ਬੰਗਾਲ ਸੱਤਵਾਂ ਤ੍ਰਿਪੁਰਾ ਤੇ ਅੱਠਵਾਂ ਮਜ਼ੁਰਮ ਪਰ ਅਸਾਮ ਇਸ ਦੇ ਵਿੱਚ ਨਹੀਂ ਆਉਂਦਾ ਹੈ ਅਸਾਮ ਇਸ ਖੇਤਰ ਦੇ ਵਿੱਚ ਪੈ ਜਾਂਦਾ ਹੈ ਕਿਉਂਕਿ ਇਸ ਕਰਕੇ ਆਪਾਂ ਇਸ ਵਿੱਚ ਦੇ ਵਿੱਚ ਮੈਂਸ਼ਨ ਨਹੀਂ ਕਰਾਂਗੇ ਤੇ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦੀ ਹੈ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦੀ ਹੈ ਇੱਕ ਨੂੰ ਕਹਾ ਦਿੰਦੇ ਜੀ ਇਹ ਉੱਤਰੀ ਭਾਰਤ ਅਤੇ ਦੂਸਰੇ ਹਿੱਸੇ ਨੂੰ ਜਿਹੜਾ ਕਿ ਇਹਦੇ نیچے ਪੈ ਜਾਂਦਾ ਹੈ ਉਸ ਨੂੰ ਕਹਿੰਦੇ ਆ ਦੱਖਣੀ ਭਾਰਤ ਤੇ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦੀ ਹੈ ਅਤੇ ਕਰਕ੍ਰਿਖਾਂ ਨੂੰ ਇੱਕ ਨਦੀ ਦੋ ਹਿੱਸਿਆਂ ਦੇ ਵਿੱਚ ਜਾਂ ਦੋ ਵਾਰੀ ਕੱਟਦੀ ਹੈ ਜਿਸ ਨੂੰ ਕਿ ਆਪਾਂ 마ਹੀ ਨਦੀ ਕਹਿੰਦੇ ਆ ਠੀਕ ਹੈ 마ਹੀ ਨਦੀ ਕਰਕ੍ਰਿਖਾਂ ਨੂੰ ਦੋ ਵਾਰ ਕੱਟਦੀ ਹੈ ਦੋ ਵਾਰ ਕੱਟਦੀ ਹੈ ਓਕੇ ਜੀ ਨੈਕਸਟ ਹੈ ਜੀ ਅਗਲਾ ਉਹ ਕਿਹੜਾ ਮਹਾਦੀਪ ਹੈ ਜਿਸ ਦੇ ਵਿੱਚੋਂ ਦੀ ਕਰਕ੍ਰਿਖਾ ਭੂਮਾਦ੍ਰਿਖਾ ਤੇ ਮਕਰਿਖਾ ਤਿੰਨੋਂ ਹੀ ਗੁਜ਼ਰਦੀਆਂ ਹੈਗੀਆਂ ਨੇ ਆਸਟ੍ਰੇਲੀਆ ਦੱਖਣੀ ਅਮਰੀਕਾ ਏਸ਼ੀਆ ਚ ਅਫਰੀਕਾ ਸਾਡੇ ਕੋਲੇ ਕੁੱਲ 7 ਮਹਾਦੀਪ ਨੇ ਉਹਨਾਂ ਦੇ ਵਿੱਚੋਂ ਇੱਕ ਮਹਾਦੀਪ ਇਹ ਜਾ ਹੈ ਜਿਹਦੇ ਵਿੱਚੋਂ ਦੀ ਇਹ ਤਿੰਨੋਂ ਰਖਾਵਾਂ ਜਾਨੀ ਕਰ ਕਰੇਖਾ ਭੂਮਾਦਰੀਖਾ ਤੇ ਮਕਰ ਰੇਖਾ ਜਿਹੜੀ ਹੈ ਉਹ ਕ੍ਰੋਸ ਕਰਦੀ ਹੈ ਉਹ ਹੈ ਜੀ ਅਫਰੀਕਾ ਦੁਨੀਆ ਦਾ ਦੂਜਾ ਵੱਡਾ ਕੰਟੀਨੈਂਟ ਹੈ ਜੀ ਏਸ਼ੀਆ ਤੋਂ ਬਾਅਦ ਠੀਕ ਹੈ ਸੋ ਇਸ ਖੇਤਰ ਦੇ ਵਿੱਚੋਂ ਦੀ ਇਹ ਦੋਨੋਂ ਰੇਖਾਵਾਂ ਗੁਜ਼ਰਦੀਆਂ ਨੇ ਆ ਜਾਂਦੀ ਹੈ ਟ੍ਰੋਪਿਕ ਆਫ ਕੈਂਸਰ ਆ ਜਾਂਦੀ ਹੈ ਜਿਹਦੇ ਸੈਂਟਰ ਦੇ ਵਿੱਚੋਂ ਨਿਕਲਣ ਵਾਲੀ ਕਾਂਗੋ ਨਦੀ ਅਤੇ ਬਿਲਕੁਲ ਸਾਊਥ ਦੇ ਵਿੱਚ ਇਸ ਤੇ ਆ ਜਾਂਦੀ ਜੀ ਟ੍ਰੋਪਿਕ ਆਫ ਕੈਪ੍ਰਿਕੌਰਨ ਜਿਹਨੂੰ ਆਪਾਂ ਮਕਰ ਰੇਖਾ ਕਹਿੰਦੇ ਨੇ ਹੈ ਕਿ ਠੀਕ ਹੈ ਮਕਰ ਰੇਖਾ ਕਰਕ ਰੇਖਾ ਤੇ ਭੂ ਮਦਰੀ ਰੇਖਾ ਤਿੰਨੋਂ ਰੇਖਾਵਾਂ ਜਿਹੜੀਆਂ ਨੇ ਇਹ ਗੁਜ਼ਰਦੀਆਂ ਹੈਗੀਆਂ ਨੇ ਅਫਰੀਕਾ ਦੇ ਵਿੱਚੋਂ ਦੀ ਇੱਕ ਇੱਕ ਕੰਟੀਨੈਂਟ ਹੈ ਸਾਡਾ ਇਸ ਦਾ ਨੈਕਸਟ ਆ ਜੀ ਅਗਲੇ ਕਵਾਂਜਾ ਨੰਬਰ ਮਕਰ ਰੇਖਾ ਹੀ ਦਿੱਤੇ ਦੇ ਵਿੱਚੋਂ ਕਿਸ ਦੇਸ਼ ਦੇ ਵਿੱਚੋਂ ਲੰਘਦੀ ਹੈ ਆਸਟ੍ਰੇਲੀਆ ਦੇ ਵਿੱਚੋਂ ਦੀ ਬ੍ਰਾਜ਼ੀਲ ਦੇ ਵਿੱਚੋਂ ਦੀ ਚਿਲੀ ਦੇ ਵਿੱਚੋਂ ਦੀ ਜਾਂ ਫਿਰ ਉਕਤ ਸਾਰੇ ਦੇ ਵਿੱਚੋਂ ਟ੍ਰੋਪਿਕ ਆਫ ਕੈਪ੍ਰਿਕੌਰਨ ਜਿਹੜੀ ਹੈ ਇਹ ਨਿਕਲਦੀ ਹੈ ਜੀ ਸਾਡੇ ਸਾਰੇ ਹੀ ਦੇਸ਼ਾਂ ਦੇ ਵਿੱਚੋਂ ਜੋ ਇੱਥੇ ਮੈਂਸ਼ਨ ਕੀਤੇ ਹੈਗੇ ਮਕਰ ਰੇਖਾ ਜਿਹੜੀ ਹੈ ਇਹ ਸਥਿਤ ਹੈ ਜੀ 23 ਡਿਗਰੀ ਸਾਊਥ ਵਾਲੇ ਖੇਤਰ ਦੇ ਵਿੱਚ ਠੀਕ ਹੈ ਤੇ ਮਕਰ ਰੇਖਾ ਉਹੀ ਰੇਖਾ ਹੈ ਕਹਿੰਦੇ ਜਿੱਥੇ ਸਰਦੀਆਂ ਦੇ ਅਰ ਗਰਮੀਆਂ ਦੇ ਵਿੱਚ ਜਿਹੜਾ ਹੈ 크리스마ਸ ਮਨਾਈ ਜਾਂਦੀ ਹੁੰਦੀ ਹੈਗੀ ਹੈਗੀ ਉਹ ਆਸਟ੍ਰੇਲੀਆ ਦੇ ਵਿੱਚ ਮਨਾਈ ਜਾਂਦੀ ਹੈ ਤੇ ਉਮਕਰ ਰೇಖੇ ਦੇ ਪਰੋਸ ਸਮੇਂ ਦੇ ਉੱਪਰ ਗਰਮੀਆਂ ਦਾ ਮੌਸਮ ਹੁੰਦਾ ਹੈ ਕਾਕਾ ਤਾਂ ਮਕਰ ਰೇಖਾ ਜਿਹੜੀ ਹੈ ਉਹ ਇਹਨਾਂ ਦੇ ਵਿੱਚੋਂ ਕ੍ਰਾਸ ਕਰਦੀ ਹੈ ਜੀ ਕਈ ਸਾਰੇ ਦੇਸ਼ਾਂ ਦੇ ਵਿੱਚੋਂ ਦੀ ਜਿਹਦੇ ਵਿੱਚੋਂ ਆਪਾਂ ਟ੍ਰੋਪਿਕ ਆਫ ਕੈਪ੍ਰਿਕੌਰਨ ਦੀ ਗੱਲ ਕਰਦੇ ਹਾਂ ਚਿਲੀ ਦੇ ਵਿੱਚ ਇਨਕਲੂਡ ਹੈ ਪੈਰਾਗੁਏ ਨਾ ਸਾਊਥ ਅਮਰੀਕਾ ਦੇ ਕੰਟਰੀ ਹੈ ਅਰਜਨਟੀਨਾ ਬ੍ਰਾਜ਼ੀਲ ਅਫਰੀਕਾ ਦੇ ਕੰਟਰੀਆਂ ਹੈਗੇ ਜੀ ਨੀਮਬੀਆ ਬੋਟਸਵਾਨਾ ਸਾਊਥ ਅਫਰੀਕਾ ਮੌਜੂਦ ਇੱਕ ਮੈਡਾਗਾਸਕਰ ਆਈਲੈਂਡ ਇਸ ਦਾ ਅਤੇ ਆਸਟ੍ਰੇਲੀਆ ਇਹਨਾਂ ਸਾਰੇ ਖੇਤਰਾਂ ਦੇ ਵਿੱਚੋਂ ਦੀ ਕ੍ਰੋਸ ਕਰਦੀ ਹੈਗੀ ਹੈ ਜੀ ਕੈਪ੍ਰਿਕੌਰਨ ਇਥੇ ਗਰਮੀਆਂ ਦੇ ਵਿੱਚ ਜਿਹੜਾ ਹੈ ਧਿਆਨ ਰੱਖਣਾ ਵੀ 크ਿਸਮਸ ਜਿਹੜੀ ਉਹ ਮਨਾਈ ਜਾਂਦੀ ਹੈ ਕੁਐਸਚਨ ਵੀ ਕਾਫੀ ਵਾਰ ਆਇਆ ਹੋਇਆ ਤਾਂ ਧਿਆਨ ਰੱਖਣਾ ਠੀਕ ਹੈ ਇਸੇ ਦੁਪਰ ਅਤੇ ਆਸਟ੍ਰੇਲੀਆ ਜਿਹੜਾ ਹੈ ਖਾਸ ਤੌਰ ਦੇ ਉੱਪਰ ਦੇਸ਼ ਆਉ ਪੁੱਛਦੇ ਹੁੰਦੇ ਹੈ ਕਿ ਆ 52 ਨੰਬਰ ਭਾਰਤ ਦੇ ਵਿੱਚ ਸਭ ਤੋਂ ਛੋਟਾ ਦਿਨ ਕਦੋਂ ਹੁੰਦਾ ਹੈ 22 ਦਸੰਬਰ ਨੂੰ 21 ਮਾਰਚ ਨੂੰ 22 ਜੂਨ ਨੂੰ ਜਾਂ ਫਿਰ 23 ਸਤੰਬਰ ਨੂੰ ਭਾਰਤ ਦੇ ਵਿੱਚ ਸਭ ਤੋਂ ਛੋਟਾ ਦਿਨ ਹੁੰਦਾ ਹੈਗਾ ਦਸੰਬਰ ਨੂੰ ਕੋਤੇ ਹੀ ਯਾਦ ਰੱਖਣਾ ਹੈ ਕਿ ਸਭ ਤੋਂ ਵੱਡਾ ਦਿਨ ਸਭ ਤੋਂ ਵੱਡਾ ਦਿਨ ਜਿਹੜਾ ਹੁੰਦਾ ਹੈ ਭਾਰਤ ਦੇ ਵਿੱਚ ਉਹ ਹੁੰਦਾ ਹੈ ਜੀ 21 ਜੂਨ ਹੁਣ 21 ਜੂਨ ਆਵੇਗੀ ਕਿਉਂਕਿ ਸੂਰਜ ਹੁਣ ਉੱਤਰ ਦੇ ਵੱਲ ਮੁਵ ਹੋਣਾ ਸ਼ੁਰੂ ਹੋ ਗਿਆ ਭਾਰਤ ਦੇ ਵੱਲ ਹੋਣਾ ਸ਼ੁਰੂ ਹੋ ਗਿਆ ਤੇ ਭਾਰਤ ਦੇ ਵਿੱਚ ਗਰਮੀਆਂ ਸ਼ੁਰੂ ਹੋ ਜਾਣੀਆਂ ਇਸ ਤਰੀਕੇ ਨਾਲ ਚੱਲਦਾ ਹੈ ਠੀਕ ਹੈ ਹੁਣ ਇੱਥੇ ਧਿਆਨ ਰੱਖਣਾ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਹੈ ਬਹੁਤ ਜਾਤ ਆਉਂਦਾ ਹੈ ਇਹ ਪੇਪਰਾਂ ਦੇ ਵਿੱਚ ਸਰਦੀਆਂ ਦਾ ਸਕਰਮਨ ਜਿਹਨੂੰ ਸਕਰ ਸਰਦੀਆਂ ਦੀ ਜਿਹੜੀ ਸਕਰਾਂਤੀ ਵੀ ਕਹਿ ਦਿੰਦੇ ਹੈ ਕਿ ਅੱਗੇ ਓਕੇ ਕਦੋਂ ਹੁੰਦੀ ਹੈ ਜਿਹਨੂੰ ਕਈ ਵਾਰ ਮਕਰ ਸਕ੍ਰਾਂਤੀ ਵੀ ਕਹ ਦਿੰਦੇ ਹੈਗੇ ਕਿ ਅੱਗੇ ਤਾਂ ਵੀ ਚੀਜ਼ ਯਾਦ ਰੱਖਣਾ ਹੈ ਕਈ ਵਾਰ ਇਸਨੂੰ ਮਕਰ ਸਕ੍ਰਾਂਤੀ ਦੇ ਨਾਮ ਨਾਲ ਵੀ ਜਾਣਦੇ ਹੈਗੇ 21 ਜੂਨ ਨੂੰ ਕਿਹੜੇ ਗੁਲਰ ਦੇ ਵਿੱਚ ਹੋਵੇਗੀ ਸਰਦੀਆਂ ਦਾ ਪੁੱਛਿਆ ਜਾਂਦਾ ਹੈ ਤਾਂ ਸਰਦਨਾ ਜਿਹੜੀਆਂ ਨਿਗੀਆਂ ਓਹੋ 21 ਜੂਨ ਨੂੰ ਕਿੱਥੇ ਹੁੰਦੀਆਂ ਨੇ ਹੁਣ ਇਹ ਚ ਆਪਣਾ ਭਾਰਤ ਉੱਤਰ ਚ ਪੈਂਦਾ ਹੈ ਜਿਸ ਕਾਰਨ ਕਰਕੇ ਆਪ ਪੁੱਤਰ ਤਾਂ ਚੁਣ ਨਹੀਂ ਸਕਦੇ ਕਿਉਂਕਿ 21 ਜੂਨ ਨੂੰ ਭਾਰਤ ਦੇ ਵਿੱਚ ਗਰਮੀ ਹੁੰਦੀ ਹੈ ਇਸ ਕਰਕੇ ਭਾਰਤ ਦਾ ਨਾਮ ਆਊਗਾ ਨਹੀਂ ਠੀਕ ਹੈ ਮੀਨ ਜ ਡਾਇਰੈਕਸ਼ਨ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਹਾਂ ਪਰ ਦੱਖਣ ਦੇ ਵਿੱਚ ਜਦੋਂ ਸਾਡੇ ਭਾਰਤ ਜਾਂ ਉੱਤਰੀ ਗੋਲਾਰ ਦੇ ਵਿੱਚ ਗਰਮੀਆਂ ਚੱਲ ਰਹੀਆਂ ਨੀਂਗੀਆਂ ਤਾਂ ਉਦੋਂ ਦੱਖਣ ਦੇ ਵਿੱਚ ਜਿਹੜੀਆਂ ਨੇ ਜੂਨ ਦੇ ਵਿੱਚ ਸਰਦੀਆਂ ਚੱਲ ਰਹੀਆਂ ਹੁੰਦੀਆਂ ਨੀਂਗੀਆਂ ਠੀਕ ਹੈ ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ ਪ੍ਰਮੁੱਖ ਤਾਰ ਦੇ ਉੱਪਰ ਮੈਂਸ਼ਨ ਕੀਤਾ ਜਾ ਸਕਦਾ ਹੈ 21 ਜੂਨ ਭਾਰਤ ਦੇ ਵਿੱਚ ਗਰਮੀਆਂ ਹੁੰਦੀਆਂ ਭਾਰਤ ਗਲੋਬ ਦੇ ਉੱਪਰ ਉੱਤਰੀ ਗੁਲਰ ਦੇ ਵਿੱਚ ਪੈਂਦਾ ਹੈਗਾ ਉੱਥੇ ਹੀ ਦੱਖਣੀ ਗੁਲਰ ਦੇ ਵਿੱਚ ਜਿਹੜੇ ਦੇਸ਼ ਪੈ ਜਾਣਗੇ ਉਹਨਾਂ ਸਾਰਿਆਂ ਦੇ ਵਿੱਚ ਸਰਦੀਆਂ ਦਾ ਮੌਸਮ ਜਿਹੜਾ ਹੈ ਉਹ ਚੱਲੇਗਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਚੱਲਦਾ ਹੈ ਨੈਕਸਟ ਹੈ ਜੀ ਚਰੰਜ ਨੰਬਰ 3 ਤੀ ਦੇ ਉੱਪਰ ਦਿਨ ਤੇ ਰਾਤ ਦਾ ਸਮਾਂ ਲਗਭਗ ਬਰਾਬਰ ਕਿੱਥੇ ਹੁੰਦਾ ਹੈ ਕਰਕ ਰೇಖਾ ਦੇ ਉੱਪਰ ਮਕਰ ਰೇಖਾ ਦੇ ਉੱਪਰ ਭੂ ਮਧਰੀਕਾ ਦੇ ਉੱਪਰ ਜਾਂ ਆਰਕਟਿਕ ਸਰਕਲ ਦੇ ਉੱਪਰ ਧਰਤੀ ਦੇ ਉੱਪਰ ਦਿਨ ਤੇ ਰਾਤ ਹਮੇਸ਼ਾ ਬਰਾਬਰ ਰਹਿੰਦੇ ਆ ਪੂਰਾ ਦਾ ਪੂਰਾ ਸਾਲ ਹੀ ਉਹ ਹੈਗੀ ਹੈਗੀ ਭੂਮਧ ਰੇਖਾ ਇਕਵੇਟਰ 0 ਡਿਗਰੀ ਅਕਾਂਸ਼ੀਸ਼ ਦੇ ਉੱਪਰ ਸਾਰਾ ਸਾਲ ਦਿਨ ਤੇ ਰਾਤ ਬਰਾਬਰ ਰਹਿੰਦੇ ਹੈਗੇ ਆ ਇਹ 0 ਡਿਗਰੀ ਅਕਾਂਸ਼ ਹੈ ਭੂਮਧ ਰੇਖਾ ਹੈਗੀ ਇੱਕ ਕਾਲਪਨਿਕ ਰੇਖਾ ਹੈ ਧਰਤੀ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦੀ ਹੈਗੀ ਹੈ ਉੱਤਰੀ ਤੇ ਦੱਖਣੀ ਗੋਲਰ ਦੇ ਵਿੱਚ ਦਿਨ ਦੀ ਮਿਆਦ 12 ਘੰਟੇ ਤੇ ਰਾਤ ਦੀ ਮਿਆਦ ਵਾਰਾਂ ਘਟੇ تھے ਰਹਿੰਦੇ ਹੈ ਕਿ ਕਿ ਕਿਹੜਾ ਨਿਯਮ ਦੱਸਦਾ ਹੈ ਕਿ ਜਵਾਰ ਭਾਟੇ ਦੇ ਲਈ ਚੰਦਰਮਾ ਤੇ ਸੂਰਜ ਦੀਆਂ ਜਿਹੜੀਆਂ ਸਥਿਤੀਆਂ ਨੇ ਉਹ ਜ਼ਿੰਮੇਵਾਰ ਨੇ ਗੁਰਤਾ ਦਾ ਨਿਯਮ ਅਪਵਰਤਨ ਦਾ ਨਿਯਮ ਜੜਤਾ ਦਾ ਨਿਯਮ ਜੰਪ੍ਰਤੀਬੰਦ ਦਾ ਨਿਯਮ ਜਵਾਰ ਪੱਟਾ ਜਿਹਨੂੰ ਟਾਈਡ ਵੀ ਆਪਾਂ ਕਹਿ ਦਿੰਨੇ ਹਾਂ ਕਿੰਗੇ ਸੋ ਇਹ ਟਾਈਡ ਜਿਹੜੀ ਹੈ ਇਹਦੇ ਲਈ ਜ਼ਿੰਮੇਵਾਰ ਨੇ ਚੰਦਰਮਾ ਤੇ ਸੂਰਜ ਹਨ ਸੋ ਇਹਨਾਂ ਦੀ ਕਿਹੜੀ ਸ਼ਕਤੀ ਜਿਹੜੀ ਹੈ ਜਾਂ ਪ੍ਰਿੰਸੀਪਲ ਜਿਹੜਾ ਉਹ ਕੰਮ ਕਰਦਾ ਹੈ ਉਹ ਹੈ ਜੀ ਗ੍ਰੈਵਿਟੇਸ਼ਨਲ ਫੋਰਸ ਜਿਹਨੂੰ ਆਪਾਂ ਗੁਰਤਾਕਰਸ਼ਨ ਕਹਿੰਦੇ ਨੇ ਮਤਲਬ ਆਪਣੇ ਵੱਲ ਖਿੱਚਣ ਦੀ ਇੱਕ ਜਿਹੜੀ ਪ੍ਰਕਿਰਿਆ ਜਿਹਨੂੰ ਚੁੰਬਕੀ ਸ਼ਕਤੀ ਵੀ ਆਪਾਂ ਕਹਿ ਦਿੰਨੇ ਆ ਉਹ ਇਹਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਜਵਾਰ ਪੱਟਾ ਜਿਹੜਾ ਹੈ ਪਾਣੀ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਛੱਲਾਂ ਨੇ ਉਹ ਹੁੰਦੀਆਂ ਨੇ ਕਿਹਆਂ ਤੇ ਇਹ ਕਿਉਂ ਹੁੰਦੀਆਂ ਨੇ ਕਿਹਆਂ ਹਾਲਾਂਕਿ ਜੇਕਰ ਇਹ ਚਾਹ ਨਾ ਆਉਂ ਚੰ드ਰਾਮਾ ਦੀ ਤੇ ਸੂਰਜ ਦੀ ਪਾਣੀ ਨੂੰ ਜੋ ਤੱਤੀ ਦੇ ਉੱਪਰ ਮੌਜੂਦਾ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਆ ਜਿਦੇ ਕਾਰਨ ਕਰਕੇ ਸਮੁੰਦਰ ਦੇ ਵਿੱਚ ਛੱਲਾਂ ਜਿਹਨੂੰ ਆਪਾਂ ਟਾਈਡਜ਼ ਦਾ ਨਾਮ ਦਿੰਨੇ ਹਾਂ ਉਹ ਵਾਪਰਦੀਆਂ ਹੈਗੀਆਂ ਨੇਗੀਆਂ ਇਹ ਪਾਣੀ ਦੇ ਉਭਾਰ ਤੇ ਗ੍ਰੈਵਿਟੀ ਨੂੰ ਜਿਹੜਾ ਕਿਹਾ ਜਾਂਦਾ ਹੈ ਜਾਨਕਿ ਪਾਣੀ ਦੇ ਉੱਪਰ ਉੱਠਣ ਤੇ ਪਾਣੀ ਦੇ ਹੇਠਾਂ ਜਾਣ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹਨੂੰ ਆਪਾਂ ਜਵਾਰ ਦਾ ਨਾਮ ਦਿੰਨੇ ਹਾਂ ਜਦੋਂ ਸਮੁੰਦਰ ਦਾ ਪਾਣੀ ਉੱਪਰ ਨੂੰ ਆਉਂਦਾ ਹੈਗਾ ਠੀਕ ਹੈ ਜਾਨਕਿ ਉੱਪਰ ਨੂੰ ਇਸ ਤਰੀਕੇ ਦੇ ਨਾਲ ਲਹਿਰ ਉੱਠਦੀ ਹੈ ਤਾਂ ਉਹਨੂੰ ਕਹਿ ਦਿੰਦੇ ਹੈਗੇ ਅਗੇ ਜਵਾਰ ਜਦੋਂ ਇਹੀ ਪਾਣੀ ਥੱਲੇ ਨੂੰ ਹੁੰਦਾ ਹੈਗਾ ਇਸ ਤਰੀਕੇ ਦੇ ਨਾਲ ਮੂਵਮੈਂਟ ਆਉਂਦੀ ਹੈ ਤਾਂ ਉਸ ਨੂੰ ਕਹਿ ਦਿੱਤਾ ਜਾਂਦਾ ਹੈ ਪਾਟਾ ਤਾਂ ਇਸ ਤਰੀਕੇ ਦੇ ਨਾਲ ਦੋ ਕਨਸੈਪਟ ਆਉਂਦੇ ਹੈ ਜਵਾਰ ਪਾਟਾ ਫਿਰ ਇਸ ਤਰੀਕੇ ਨਾਲ ਅੱਗੇ ਉਹ ਕਿ ਉੱਥੇ ਫਿਰ ਜਵਾਰ ਬਣ ਜਾਊਗਾ ਤੇ ਅੱਗੇ نیچے ਫਿਰ ਜਿਹੜੇ ਉਹ ਪਾਟਾ ਕਹਿ ਦਿੱਤਾ ਜਾਊਗਾ ਇਹਦੇ ਪਿੱਛੇ ਕੰਮ ਕਰਦੇ ਹੈਗੇ ਜੀ ਸੂਰਜ ਤੇ ਚੰਦਰਮਾ ਦੀ ਜਿਹੜੀ ਆ ਗ੍ਰੈਵਿਟੇਸ਼ਨਲ ਫੋਰਸ ਹੈ ਠੀਕ ਹੈ ਜਿਸ ਦੇ ਕਾਰਨ ਕਰਕੇ ਇਹ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹੈਗੇ ਆ ਤਾਂ ਡਾਇਗਰਾਮ ਦੇ ਵਿੱਚ ਸਮਝ ਸਕਦੇ ਇਧਰ ਮੋਨ ਹੈ ਇਧਰਲੀ ਸਾਈਡ ਦੇ ਉੱਪਰ ਨਿਊ ਮੋਨ ਹੈ ਤੇ ਇਸ ਸਥਿਤੀ ਦੇ ਵਿੱਚ ਕੀ ਹੈਗਾ ਕਿ ਦੋਨੋਂ ਇੱਕ ਦੂਜੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਆ ਜਿਸ ਦੇ ਕਾਰਨ ਕਰਕੇ ਜਿਹੜਾ ਹੈਗਾ ਪਾਣੀ ਉੱਪਰ ਨੂੰ ਆਉਂਦਾ ਹੈ ਜ ਜ ਉਹਦੇ ਵਿੱਚ ਮੂਮੈਂਟ ਹੁੰਦੀ ਹੈ ਜਿਹਨੂੰ ਆਪਾਂ ਜਵਾਰ ਭਾਟੇ ਦਾ ਜਿਹੜਾ ਹੈ ਉਹ ਨਾਮ ਦੇ ਦਿੰਦੇ ਹੈਗੇ 56 ਨੰਬਰ ਜਵਾਰ ਭਾਟੇ ਦੇ ਵਾਪਰਨ ਦੇ ਲਈ ਸਭ ਤੋਂ ਸ਼ਕਤੀਸ਼ਾਲੀ ਜ਼ਿੰਮੇਵਾਰ ਸ਼ਕਤੀ ਕਿਹੜੀ ਹੈ ਸਮੁੰਦਰੀ ਪਾਣੀ ਦਾ ਅੰਤਰਤਾਪਮਨ ਜਾਂ ਫਿਰ ਸੂਰਜ ਦੀ ਗੁਰਤਾਬਲ ਜਾਂ ਕੋਰੀਲਿਸਿਸ ਫੋਰਸ ਜਾਂ ਚੰਦਰਮਾ ਦੀ ਗੁਰਤਾ ਸ਼ਕਤੀ ਜਾਂ ਗ੍ਰੈਵਿਟੇਸ਼ਨਲ ਫੋਰਸ ਜਵਾਰ ਪਾਟ ਦੇ ਬਾਪਰਨ ਲਈ ਸਭ ਤੋਂ ਇੰਪੋਰਟੈਂਟ ਜਿਹੜੀ ਸ਼ਕਤੀ ਹੈ ਜੀ ਉਹ ਹੈ ਜਿਸ ਚੰਦਰਮਾ ਦੀ ਗੁਰਤਾ ਸ਼ਕਤੀ ਜਾਂ ਗ੍ਰੈਵਿਟੇਸ਼ਨਲ ਫੋਰਸ ਕਿਉਂਕਿ ਚੰਦਰਮਾ ਸਾਡੇ ਧਰਤੀ ਦੇ ਸਭ ਤੋਂ ਨਜ਼ਦੀਕ ਪੈ ਜਾਂਦਾ ਹੈ ਤੇ ਉਹਦੀ ਸ਼ਮਤਾ ਜ਼ਿਆਦਾ ਹੈ ਪਾਣੀ ਨੂੰ ਆਪਣੇ ਵੱਲ ਖਿੱਚਣ ਦੀ ਇਸ ਕਰਕੇ ਇਹ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕਾਰਕ ਬਣ ਜਾਂਦਾ ਹੈ ਗਗਨ ਨੈਕਸਟ ਹੈ ਜੀ ਜਵਾਰ ਦੇ ਬਾਰੇ ਇਹ ਲਿਖਿਆ ਨੇ ਵਿੱਚੋਂ ਕਿਹੜਾ ਕਥਨ ਗਲਤ ਹੈ ਜਦੋਂ ਚੰ드ਰਮਾ ਆਪਣੀ ਪਹਿਲੀ ਤੇ ਆਖਰੀ ਤਿਮਹੀ ਦੇ ਵਿੱਚ ਹੁੰਦਾ ਹੈ ਤਾਂ ਉਦੋਂ ਉੱਚ ਜਵਾਰ ਹੁੰਦਾ ਹੈ ਨਿਮਨ ਜਵਾਰ ਨੂੰ ਨੀਪ ਟਾਈਡ ਵੀ ਕਿਹਾ ਜਾਂਦਾ ਹੈ ਸਹੀ ਹੈ ਧਰਤੀ ਦੀ ਸਥਾਪ ਤੇ ਸੂਰਜ ਅਤੇ ਚੰ드ਰਮਾ ਦੁਆਰਾ ਖਿੱਚੀ ਗਈ ਗ੍ਰੈਵਿਟੇਸ਼ਨਲ ਫੋਰਸ ਦੇ ਕਾਰਨ ਕਰਕੇ ਜਵਾਰ ਪੈਦਾ ਹੁੰਦਾ ਹੈ ਸਹੀ ਹੈ ਜੀ ਪੂਰਨਵਾਸੀਅਤ ਤੇ ਮੱਛਾ ਦੇ ਦਿਨ ਬਸੰਤ ਜਵਾਰ ਹੁੰਦਾ ਹੈਗਾ ਬਿਲਕੁਲ ਸਹੀ ਹੈਗਾ ਠੀਕ ਹੈ ਪਰ ਇੱਥੇ ਹੀ ਯਾਦ ਰੱਖਣਾ ਹੈਗਾ ਕਿ ਜਦੋਂ ਚੰ드ਰਮਾ ਆਪਣੀ ਪਹਿਲੀ ਤੇ ਆਖਰੀ ਤਿਮਹੀ ਦੇ ਵਿੱਚ ਹੁੰਦਾ ਉਦੋਂ ਉੱਚ ਜਵਾਰ ਹੁੰਦਾ ਇਹ ਰਾਈਟ ਨਹੀਂ ਹੈਗਾ ਇਹ ਡਿਪੈਂਡ ਕਰਦਾ ਹੈ ਕਿ ਸੇਂਦਰਮਾ ਤੇ ਸੂਰਜ ਕਿਹੜੀ ਸਥਿਤੀ ਦੇ ਵਿੱਚ ਹੈ ਉਹਦੇ ਆਧਾਰ ਦੇ ਉੱਪਰ ਇਹ ਜਵਾਰ ਵੱਡਾ ਹੁੰਦਾ ਹੈਗਾ ਠੀਕ ਹੈ ਧਰਤੀ ਦੀ ਸਤਹ ਤੇ ਜਦੋਂ ਸੂਰਜ ਤੇ ਚੰ드ਰਮਾ ਦੇ ਦੁਆਰਾ ਖਿੱਚੀ ਗਈ ਗ੍ਰੈਵਿਟੇਸ਼ਨਲ ਫੋਰਸ ਯਾਨੀ ਕਿ ਖਿੱਚ ਦੇ ਦੁਆਰਾ ਜਦੋਂ ਪਾਣੀ ਉੱਪਰ ਨੂੰ ਜਾਂਦਾ ਹੈ ਤਾਂ ਉਹਨੂੰ ਟਾਈਡ ਜਾਂ ਲਹਿਰਾਂਦਾਰਾ ਉਹ ਨਾਮ ਦੇ ਦਿੰਦੇ ਹਾਂ ਚੰ드ਰਮਾ ਦੀ ਗ੍ਰੈਵਿਟੇਸ਼ਨਲ ਫੋਰਸ ਦੇ ਕਾਰਨ ਸੂਰਜ ਦੇ ਨਾਲੋਂ ਜ਼ਿਆਦਾ ਪ੍ਰਭਾਵੀ ਹੁੰਦਾ ਹੈ ਜਿਸ ਦੇ ਕਾਰਨ ਕਰਕੇ ਜਿਹੜਾ ਹੈ ਨਿਮਨ ਜਵਾਰ ਜਾਂ ਨੀਪ ਟਾਈਡ ਜਿਹੜੀ ਹੈ ਉਹ ਆਉਂਦੀ ਹੈਗੀਆ ਪਰ ਉਥੇ ਪੂਰਨਵਾਸੀ ਤੇ ਮੱਸਿਆ ਦੇ ਦਿਨ ਜਾਨੀ ਕਿ ਨਿਊ ਮੂਨ ਤੇ ਜਦੋਂ ਮੂਨ ਜਿਹੜਾ ਹੈ ਫੁੱਲ ਹੋ ਜਾਂਦਾ ਹੈ ਠੀਕ ਹੈ ਉਸ ਸਥਿਤੀ ਦੇ ਵਿੱਚ ਸੂਰਜ ਧਰਤੀ ਤੇ ਚੰ드ਰਮਾ ਇੱਕ ਸਿੱਧੀ ਲਾਈਨ ਦੇ ਵਿੱਚ ਹੁੰਦੇ ਆ ਜਿਸ ਦੇ ਕਾਰਨ ਕਰਕੇ ਜਿਹੜਾ ਹੈ ਗ੍ਰੈਵਿਟੇਸ਼ਨਲ ਫੋਰਸ ਜ਼ਿਆਦਾ ਕੰਮ ਕਰਦੀ ਹੈ ਜ਼ਿਆਦਾ ਪਾਵਰਫੁੱਲ ਹੋ ਜਾਂਦੀ ਹੈ ਤਾਂ ਇਸ ਦਿਨ ਜਿਹੜਾ ਹੈ ਹਾਈ ਟਾਈਡ ਜਾਂ ਉੱਚ ਜਵਾਰ ਜਿਹੜਾ ਹੈ ਉਹ ਆਉਂਦਾ ਹੈ ਨਿਮਨ ਜਵਾਰ ਉਹਨਾਂ ਕੱਲਾ ਜੋ ਚੰ드ਰਾਮਸ ਨੂੰ ਆਪਣੇ ਵੱਲ ਖਿੱਚਦਾ ਹੈ ਕਗਾ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਡਾਇਗਰਾਮ ਦੇ ਨਾਲ ਟਾਈਡਲ ਫੋਰਸ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਨੀਪ ਟਾਈਡ ਉਸ ਸਮੇਂ ਦੇ ਉੱਪਰ ਬਣਦੀ ਹੈ ਜਿਹਨੂੰ ਆਪਾਂ ਛੋਟੀ ਜਾਂ ਨਿਮਨ ਜਿਹੜਾ ਕਹਿ ਦਿੰਨੇ ਆ ਕਿਉਂਕਿ ਇਧਰ ਮੂਨ ਆਪਣੇ ਵੱਲ ਖਿੱਚ ਰਿਹਾ ਹੈ ਤੇ ਇਧਰ ਸਨ ਇਸ ਨੂੰ ਆਪਣੇ ਵੱਲ ਖਿੱਚ ਰਿਹਾ ਹੈ ਜਿਸ ਦੇ ਕਾਰਨ ਕਰਕੇ ਜ਼ਿਆਦਾ ਪਾਣੀ ਉੱਠ ਨਹੀਂ ਪਾਉਂਦਾ ਹੈ ਕਗਾ ਜਿਹਨੂੰ ਆਪਾਂ ਨੀਪ ਟਾਈਡ ਦਾ ਨਾਮ ਦੇ ਦਿੰਨੇ ਹੈਗੇ ਆਂਗੇ ਨੀਪ ਟਾਈਡ ਠੀਕ ਹੈ ਨੀਪ ਟਾਈਡ ਨੂੰ ਮਤਲਬ ਨਿਮਨ ਜਵਾਰ ਨਿਮਨ ਜਵਾਰ ਉੱਥੇ ਹੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਆਧਰਲੀ ਸਾਈਡ ਦੇ ਉੱਪਰ ਮੂਨ ਚਾਨਾ ਸੌਰੀ ਸੂਰਜ ਹੈ ਔਰ ਆਧਰਲੀ ਸਾਈਡ ਦੇ ਉੱਪਰ ਮੂਨ ਹੈ ਤਾਂ ਦੋਨੋਂ ਜਿਹੜੇ ਹੈ ਇਹ ਇੱਕ ਦੂਜੇ ਦੇ ਵੱਲ ਖਿੱਚ ਕਰਦੇ ਹੈਗੇ ਨੇ ਮੂਨ ਆਪਣੇ ਵੱਲ ਖਿੱਚਦਾ ਹੈ ਸੂਰਜ ਆਪਣੇ ਵੱਲ ਖਿੱਚਦਾ ਜਿਸ ਦੇ ਕਾਰਨ ਕਲ ਕੇ ਕਾਰਨ ਕਰਕੇ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਜ਼ਿਆਦਾ ਹੋ ਜਾਂਦੀ ਹੈ ਜਿਸ ਦੀ ਬਦੌਲਤ ਹਾਈ ਟਾਈਡ ਠੀਕ ਹੈ ਜਿਹਨੂੰ ਹਾਈ ਟਾਈਡ ਕਹਿ ਦਿੰਦਾ ਹੈਗੇ ਅਗੇ ਜਾਂ ਫਿਰ ਉੱਚ ਜਵਾਰ ਕਹਿ ਦਿੱਤਾ ਜਾਂਦਾ ਹੈ ਠੀਕ ਹੈ ਜਾਂ ਫਿਰ ਇਹਦਾ ਇੱਕ ਨਾਮ ਹੋਰ ਵੀ ਹੈ ਸਪਰਿੰਗ ਟਾਈਡ ਜਾਂ ਫਿਰ ਇਸ ਨੂੰ ਸਪਰਿੰਗ ਟਾਈਡ ਦਾ ਨਾਮ ਵੀ ਜਿਹੜਾ ਹੈ ਉਹ ਦੇ ਦਿੱਤਾ ਜਾਂਦਾ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕਰਦਾ ਹੈਗਾ ਓਕੇ ਨੈਕਸਟ ਹੈ ਜੀ ਅੱਗੇ ਆਮ ਤੌਰ ਦੇ ਉੱਪਰ ਉੱਚ ਜਵਾਰ ਤੇ ਨਿਮਨ ਜਵਾਰ ਜਵਾਰ ਦੇ ਵਿਚਕਾਰ ਕਿੰਨੇ ਦਿਨਾਂ ਦਾ ਅੰਤਰਾਲ ਹੁੰਦਾ ਹੈ 2 4 9 ਜਾਂ 7 ਨਿਮਨ ਤੇ ਉੱਚ ਹਾਈ ਐਂਡ ਲੋ ਟਾਈਡ ਦੇ ਵਿੱਚਕਾਰ 7 ਦਿਨਾਂ ਦਾ ਲਗਭਗ ਜਿਹੜਾ ਹੈ ਉਹ ਅੰਤਰ ਪਾਇਆ ਜਾਂਦਾ ਹੈ 7 ਦਿਨਾਂ ਬਾਅਦ ਜਿਹੜਾ ਹੈ ਨਿਮਨ 7 ਦਿਨਾਂ ਬਾਅਦ ਜਿਹੜੀ ਹੈ ਉੱਚ ਜਵਾਰ ਆ ਉਹ ਅਕਸਰ ਵਾਪਰਦੀ ਹੈ ਕਿ ਕਿ ਵੱਡੇ ਜਵਾਰ ਪਾਟੇ ਤੇ ਛੋਟੇ ਜਵਾਰ ਪਾਟੇ ਦੇ ਵਿੱਚ 7 ਦਿਨਾਂ ਦਾ ਅੰਤਰ ਦੇਖਣ ਨੂੰ ਮਿਲਦਾ ਹੈ ਸਮੁੰਦਰ ਦੇ ਪਾਣੀ ਦਾ ਉੱਪਰ ਨੂੰ ਉਠਣਾ ਉਹਨੂੰ ਟਾਈਡ ਕਹਿੰਦੇ ਆ ਜਿਹਨੂੰ ਆਪਾਂ ਜਵਾਰ ਕਹਿੰਦੇ ਨੇ ਹੇਠਾਂ ਡਿੱਗਣ ਨੂੰ ਐਬ ਕਹਿੰਦੇ ਨੇ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਪਾਟਾ ਕਹਿੰਦੇ ਨੇ ਕਿ ਇਹ ਇਹ ਦੋਨੋਂ ਚੀਜ਼ਾਂ ਸੂਰਜ ਤੇ ਚੰ드ਰਮਾ ਦੀ ਗ੍ਰੈਵਿਟੇਸ਼ਨਲ ਫੋਰਸ ਦੇ ਕਾਰਨ ਕਰਕੇ ਕੰਮ ਕਰਦੇ ਹੈ ਕਿ ਕਿ ਜਦੋਂ ਮੱਸਿਆ ਤੇ ਪੂਰਨਮਾਸੀ ਦਾ ਜਿਹੜਾ ਦਿਨ ਹੁੰਦਾ ਹੈ ਜਾਨੀ ਕਿ ਨਿਊ ਮੂਨ ਤੇ ਫੁੱਲ ਮੂਨ ਦੀ ਜਿਹੜੀ ਕੰਡੀਸ਼ਨ ਹੁੰਦੀ ਹੈ ਉਸ ਸਥਿਤੀ ਦੇ ਵਿੱਚ ਸੂਰਜ ਚੰ드ਰਮਾ ਤੇ ਧਰਤੀ ਇਹ ਇੱਕ ਸੇਧ ਦੇ ਵਿੱਚ ਹੁੰਦੇ ਆ ਜਿਸ ਦੇ ਕਾਰਨ ਕਰਕੇ ਇਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਜ਼ਿਆਦਾ ਇਫੈਕਟਵ ਹੋ ਜਾਂਦਾ ਹੈ ਜਿਸ ਤੇ ਕਾਰਨ ਕਰਕੇ ਵੱਡਾ ਜਵਾਰ ਪਟਾ ਜਾਨੀ ਕਿ ਹਾਈ ਟਾਈਡ ਜਿਹੜੀ ਆ ਆਉਂਦੀ ਹੈਗੀ ਆ ਇਹ ਆਮ ਲਹਿਰਾਂ ਦੇ ਨਾਲੋਂ ਜਾਨੀ ਆਮ ਟਾਈਡ ਦੇ ਨਾਲੋਂ 20% ਵੱਧ ਹੁੰਦੀ ਹੈ ਕੁਐਸਚਨ ਵੀ ਯਾਦ ਰੱਖਣੇ ਕਿ 20% ਵੱਧ ਹੁੰਦੀ ਹੈ ਪਰ ਉੱਥੇ ਹੀ ਜਦੋਂ ਚੰ드ਰਮਾ ਸੂਰਜ ਤੇ ਧਰਤੀ ਇਕ ਤਕਾਉਣੀ ਸਥਿਤੀ ਦੇ ਵਿੱਚ ਹੈ ਠੀਕ ਹੈ ਜੋ ਆਪਾਂ ਲਾਸਟ ਡਾਇਗਰਾਮ ਦੇ ਵਿੱਚ ਵੀ ਸਮਝਿਆ ਸੀਗਾ ਇਹ ਸਾਡੀ ਅਰਥ ਆ ਜਾਂਦੀ ਹੈਗੀਆਂ ਇਧਰ ਮੰਨ ਲਓ ਮੂਨ ਹੋ ਗਿਆ ਹੈ ਠੀਕ ਹੈ ਔਰ ਇਧਰ ਸਨ ਸੌਰੀ ਇਸ ਤਰੀਕੇ ਦੇ ਨਾਲ ਕੰਡੀਸ਼ਨ ਬਣ ਗਈ ਤਾਂ ਇਹ ਤਕਾਉਣਾ ਬਣ ਜਾਂਦਾ ਇਸ ਸਥਿਤੀ ਦੇ ਵਿੱਚ ਜਿਹੜਾ ਹੈ ਪ੍ਰਭਾਵਸ਼ਾਲੀ ਗ੍ਰੈਵਿਟੇਸ਼ਨਲ ਫੋਰਸ ਉਹਨਾ ਕੰਮ ਨਹੀਂ ਕਰਦੀ ਜਿੰਨਾ ਉਹ ਤਿੰਨੋਂ ਮਿਲ ਕੇ ਕਰਦੇ ਜਿਸ ਦੇ ਕਾਰਨ ਕਰਕੇ ਇੱਥੇ ਛੋਟਾ ਜਵਾਰ ਭਟਾ ਜਾਂ ਨਿਮਨ ਜਵਾਰ ਜਾਂ ਫਿਰ ਲੋ ਟਾਈਡ ਜਿਹੜੀ ਆਉਂਦੀ ਹੈਗੀ ਜੋ ਕਿ 20% ਘੱਟ ਹੁੰਦੀ ਹੈ ਆਮ ਲਹਿਰਾਂ ਦੇ ਨਾਲੋਂ ਬੱਡੇ ਦੇ ਵਿੱਚ 20% ਵੱਧ ਹੁੰਦੀ ਹੈ ਉੱਥੇ ਹੀ ਛੋਟੇ ਦੇ ਵਿੱਚ 20% ਇਹ ਘਟ ਹੁੰਦੀ ਹੈ ਤੇ ਯਾਦ ਰੱਖਣਾ ਸਪੈਸ਼ਲੀ ਨਾਟ ਨੰਬਰ ਹੈ ਜੀ ਨੀਪ ਟਾਈਡ ਕਦੋਂ ਆਉਂਦੀ ਹੈ ਜਦੋਂ ਸੂਰਜ ਤੇ ਚੰ드ਰਮਾ ਧਰਤੀ ਦੇ ਸੱਜੇ ਕੋਣ ਦੇ ਉੱਪਰ ਸਥਿਤ ਹੁੰਦਾ ਹੈ ਜਦੋਂ ਸੂਰਜ ਚੰ드ਰਮਾ ਦੇ ਗੁਰਤਾ ਖਿੱਚ ਨੂੰ ਘਟਾਉਂਦਾ ਹੈ ਜਦੋਂ ਧਰਤੀ ਚੰ드ਰਮਾ ਇੱਕ ਸਿੱਧੀ ਰੇਖਾ ਦੇ ਵਿੱਚ ਹੁੰਦੀ ਹੈ ਜਦੋਂ ਸੂਰਜ ਅੰਸ਼ਕ ਤੌਰ ਦੇ ਉੱਪਰ ਧਰਤੀ ਦੀ ਗੁਰਤਾ ਸਖਸ਼ ਦੇ ਵਿੱਚ ਆਉਂਦਾ ਹੈ ਕਗਾ ਤਦ ਨੀਪਟਾਈਡ ਉਹਦੀ ਹੁੰਦੀ ਹੈ ਇਹ ਆਪਾਂ ਡਾਇਗਰਾਮ ਆ ਪਹਿਲਾਂ ਮੈਂ ਦੱਸ ਦਿੰਦੇ ਆ ਇਸ ਲਾਸਟ ਕੁਐਸਚਨ ਦੀ ਵੀ ਦੱਸ ਦਿੱਤਾ ਤੁਸੀਂ ਵੀ ਨੀਪਟਾਈਡ ਉਹਦੋ ਆਊਗੀ ਜਦੋਂ ਸੂਰਜ ਚੰ드ਰਮਾ ਧਰਤੀ ਦੇ ਸੱਜੇ ਕੋਣ ਦੇ ਉੱਪਰ ਹੁੰਦੇ ਹੈਗੇ ਕਿ ਕੁਝ ਇਸ ਤਰੀਕੇ ਦਾ ਜਿਹੜਾ ਹੈ ਉਹ ਟ੍ਰੈਂਗਲ ਬਣਾਉਂਦੇ ਆ ਇੱਥੇ ਅਰਥ ਆ ਜਾਊ ਉਹ ਇੱਥੇ ਮੂਹ ਨਾ ਜਾਊਗਾ ਅਤੇ ਇੱਥੇ ਸਨ ਆ ਜਾਊਗਾ ਇਸ ਸਥਿਤੀ ਦੇ ਵਿੱਚ ਨੀਪਟਾਈਡ ਰਹਿੰਦਾ ਹੈ ਸੋ ਇਹ ਵੀ ਆਪਾਂ ਇਹਦਾ ਦੱਸ ਦਿੱਤਾ ਸੀ ਆਹ ਵਾਲੀ ਸਥਿਤੀ ਹੈ ਚਲੋ ਨੈਕਸਟ ਆ ਜੀ ਲਾਸਟ ਕੁਐਸਚਨ ਕਿਹੜੇ ਦੇਸ਼ਾਂ ਦਾ 40% ਖੇਤਰ ਉੱਚ ਜਵਾਰ ਦੇ ਸਮੇਂ ਸਮੁੰਦਰੀ ਤਲ ਦੇ ਹੇਠਾਂ ਚਲਾ ਜਾਂਦਾ ਜਾਂ ਹੁੰਦਾ ਹੈ ਡੈਨਮਾਰਕ ਨਾਰਵੇ ਫਿਨਲੈਂਡ ਜਾਂ ਨੀਦਰਲੈਂਡ ਇਹਨਾਂ ਦੇ ਵਿੱਚੋਂ ਜਿਹੜਾ ਦੇਸ਼ ਹੈ ਉਹ ਹੈ ਨੀਦਰਲੈਂਡ ਨੀਦਰਲੈਂਡ ਇੱਕ ਅਜਿਹਾ ਦੇਸ਼ ਹੈ ਜਦੋਂ ਕੋਈ ਵੱਡੀ ਜਵਾਰ-ਪਾਟਾ ਆਉਂਦਾ ਹੈ ਜਿਹਨੂੰ ਹਾਈ ਟਾਈਡ ਕਹਿੰਦੇ ਆ ਤਾਂ ਉਸ ਸਮੇਂ ਦਾ 40% ਖੇਤਰ ਜਿਹੜਾ ਹੈ ਉਹ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਹੈ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਹੈ ਸੋ ਇਸ ਦੀ ਇਹ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਹ ਨੀਦਰਲੈਂਡ ਹੈ ਕਗਾ ਠੀਕ ਹੈ ਨੀਦਰਲੈਂਡ ਯੂਰਪ ਦਾ ਇੱਕ ਨਿਵਨ ਦੇਸ਼ਾ ਨਿਵਨ ਦੇਸ਼ਾ ਜਿਸ ਦੇ ਕਾਰਨ ਕਰਕੇ ਇੱਥੇ ਇਹ ਚੀਜ਼ ਵਾਪਰਦੀ ਹੈਗੀ ਹੈਗੀ ਔਰ ਨੀਦਰਲੈਂਡ ਦੇ ਉੱਤਰੀ ਸਾਗਰ ਦੇ ਵਿੱਚ ਵੱਡੇ ਵੱਡੇ ਬੰਨ ਬਣਾ ਕੇ ਸਮੁੰਦਰ ਤੋਂ ਜ਼ਮੀਨ ਨੂੰ ਮੋੜ ਪ੍ਰਾਪਤ ਕਰਦੇ ਹੈਗੇ ਜਿਸ ਨੂੰ ਕਿ ਪੋਲਡਰ ਕਿਹਾ ਜਾਂਦਾ ਹੈ ਜਦੋਂ ਜਵਾਰ ਆਉਂਦੀ ਹੈ ਤਾਂ ਨੀਦਰਲੈਂਡ ਦਾ 40% ਖੇਤਰ ਪਾਣੀ ਦੇ ਵਿੱਚ ਡੁੱਬ ਜਾਂਦਾ ਹੁੰਦਾ ਹੈਗਾ ਇਸ ਕਰਕੇ ਇਹਨਾਂ ਦਾ ਸਾਰਾ ਪ੍ਰਬੰਧ ਆਲਰੇਡੀ ਪਹਿਲਾਂ ਤੋਂ ਹੀ ਕੀਤਾ ਹੁੰਦਾ ਹੈ ਇਸ ਲਈ ਇੱਥੇ ਵੱਡੇ ਵੱਡੇ ਬੰਨ ਬਣਾਏ ਜਾਂਦੇ ਹੈਗੇ ਜਿਨ੍ਹਾਂ ਨੂੰ ਡਾਈਕ ਦਾ ਨਾਮ ਵੀ ਜਿਹੜਾ ਹੈ ਉਹ ਦਿੱਤਾ ਜਾਂਦਾ ਜਿਸ ਤੋਂ ਕਾਫੀ ਸਾਰੇ ਜਿਹੜਾ ਹੈ ਮਤਲਬ ਕੰਮ ਵੀ ਲੈਂਦੇ ਹੈਗੇ ਸੋ ਇਹ ਸੀਗਾ ਆਪਣਾ ਇਹਦਾ ਸੈਸ਼ਨ ਜਿਸ ਦੇ ਵਿੱਚ ਆਪਾਂ 20 ਐਮਸੀਕਿਊ ਜੀਓਗ੍ਰਾਫੀ ਦੇ ਡਿਸਕਸ ਕੀਤੇ ਨੇ ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਲਈ ਹੈਲਪਫੁਲ ਰਹੇ ਹੋਣਗੇ ਸਭ ਨੂੰ ਕਾਫੀ ਕੁਝ ਜਿਹੜਾ ਸਿੱਖ ਨੂੰ ਮਿਲਿਆ ਹੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਡਾਊਨਲੋਡ ਕਰ ਸਕਦੇ ਹਾਂ ਸੋ ਮਿਲਦੇ ਨੇ ਨੈਕਸਟ ਸੈਸ਼ਨ ਦੇ ਵਿੱਚ ਥੈਂਕ ਯੂ so much